Thank you.
يا ميرا يا تيرا
Thank you.
ਔਖੀ ਘੜੀ ਨਾ ਦੇਖਣ ਦੀ ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰਦ ਸੰਭਾਲੇ ਆਪਣਾ ਬਿਰਦ ਸੰਭਾਲੇ Thank you.
ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਪਹੁੰਚ ਚੁੱਕੇ ਹਨ। ਆਓ ਹੁਣ ਉਹਨਾਂ ਪਾਸੋਂ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਉਹਨਾਂ ਚੁੱਕਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਰਪੇ ਸਰਪੇ ਸਦਾ ਸਦਾ ਇਵੇਂ ਦੇਹੀ ਵਿਵਾਏ ਸਭ ਜਗ ਚੱਲ ਬੈਸਨ
ਸਦੀਵੀ ਵਿਛੋੜਾ ਦੇ ਗਏ ਨੇ। ਬੀਬੀ ਜੀ ਦੇ ਨਿਵਿੱਤ ਉਹਨਾਂ ਦੇ ਪਰਿਵਾਰ ਵੱਲੋਂ ਇਸ ਇਲਾਕੇ ਦੀ ਸ਼ਾਨ ਅਤਿ ਸਤਿਕਾਰਯੋਗ ਜਥੇਦਾਰ ਸਾਹਿਬ ਸਰਦਾਰ ਸੰਤਾ ਸਿੰਘ ਜੀ ਉਮੈਦਪੁਰੀ ਅਤੇ ਮਾਤਾ ਜੀ ਦੇ ਪੁੱਤਰ ਭਾਈ ਜਸਕਰਨ ਸਿੰਘ ਜੀ ਸੇਵਕ ਪਰਿਵਾਰ ਦੇ ਵੱਲੋਂ ਬੀਬਾ ਜੀ ਦੇ ਨਿਵਿੱਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ। ਗੁਰਬਾਣੀ ਆਦਿ ਤੋਂ ਮੱਧ, ਮੱਧ ਤੋਂ ਅੰਤ ਜਿਸ ਵੇਲੇ ਸੰਪੂਰਨਤਾ ਹੀ ਹੋਈ ਤਾਂ ਉਸ ਤੋਂ ਬਾਅਦ ਮਰਿਆਦਾ ਅਨੁਸਾਰ ਰਾਮ ਕਲੀ ਸੱਦ ਪੜਿਆ ਜਾਂਦਾ ਹੈ। ਰਾਮ ਕਲੀ ਸੱਦ ਜਿਸ ਦੇ ਵਿੱਚ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਕੇ ਇਹ ਸਮਝਾਉਂਦੇ ਹਨ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰੱਬੀ ਬਾਣੀ ਦਾ ਕੀਰਤਨ ਸਾਡੇ ਤੋਂ ਪਹਿਲਾਂ ਗੁਰੂ ਘਰ ਦੇ ਹਜ਼ੂਰੀ ਕੀਰਤਨੀਆਂ ਨੇ ਆਪ ਸੰਗਤ ਨੂੰ ਕੀਰਤਨ ਸਰਵਣ ਕਰਵਾਇਆ ਹੈ। ਉਸ ਤੋਂ ਉਪਰੰਤ ਜੋ ਦਾਸ ਦਾ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ ਆਪ ਸੰਗਤਾਂ ਦੇ ਵਿੱਚ ਕੀਰਤਨ ਦੀ ਹਾਜ਼ਰੀ ਕਰਨ ਵਾਸਤੇ ਪਹੁੰਚੇ ਹਾਂ। ਮਾਣਯੋਗ ਜਥੇਦਾਰ ਸਾਹਿਬ ਸਰਦਾਰ ਸੰਤਾ ਸਿੰਘ ਜੀ ਉਮੈਦਪੁਰੀ ਸਾਹਿਬ ਇਹ ਪਰਿਵਾਰ ਜਿਹੜਾ ਹੈ ਸੰਗਤ ਜੀ ਪੰਥਕ ਸੇਵਾਦਾਰ ਪਰਿਵਾਰ ਹੈ। ਇਸ ਪਰਿਵਾਰ 'ਤੇ ਪਾਤਸ਼ਾਹ ਜੀ ਦੀ ਬੜੀ ਰਹਿਮਤ ਹੈ। ਮਾਣਯੋਗ ਜਥੇਦਾਰ ਸਾਹਿਬ ਅਣਥੱਕ ਸੇਵਾਦਾਰ ਨੇ, ਅਣਥੱਕ। ਅਤੇ ਜੇ ਜਥੇਦਾਰ ਸਾਹਿਬ ਰਾਤ ਹੋ ਜਾਵੇ ਭਾਵੇਂ ਸਾਰਾ ਪਰਿਵਾਰ ਸੁੱਤਾ ਹੁੰਦਾ ਹੈ, ਇਸ ਵੇਲੇ ਦੋ ਗੱਲ ਵਸਦੀ ਹੈ, ਮਾਂ ਤੋਂ ਲੈ ਕੇ ਸ਼ਾਮ ਉਠਾਰੀ ਰੱਬ ਨੇ ਉਸਰ ਦਇਆ ਕਰੋ, ਦਇਆ ਕਰੋ, ਲਗੇ ਤੇਰਾ ਪਾਣਾ
Ram Naam Gun Gaye Le Ka
ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਦੇ ਨੇ, ਸਾਨੂੰ ਸਮਝਾਉਂਦੇ ਨੇ। ਮਹਾਰਾਜ ਕਹਿੰਦੇ ਭਾਈ ਇਹ ਮਨੁੱਖਾ ਜਨਮ ਮਿਲਿਆ ਹੈ ਨਾ, ਇਹ ਏਡਾ ਦੁਰਲੱਭ ਜਨਮ ਹੈ, ਇੱਕੋ ਵਾਰੀ ਮਿਲਿਆ ਵਾਰ ਵਾਰ ਨਹੀਂ ਮਿਲਣਾ। ਭਗਤ ਕਬੀਰ ਜੀ ਇਸ ਗੱਲ ਦਾ ਨਿਰਣਾ ਬਾਣੀ ਦੇ ਅੰਦਰ ਕਰਦੇ ਹਨ। ਗੁਰ ਸੇਵਾ ਤੇ ਭਗਤ ਕਮਾਈ ਤਬੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇ। ਕਬੀਰ ਮਾਨਸ ਜਨਮ ਗੁਲਾਬ ਹੋਏ ਨਾ ਬਾਰੰਬਾਰ, ਜਿਉਂ ਮਨ ਫਲ ਪਾਕੇ ਹੋਏ ਗ੍ਰਹਿ, ਬਹੁਰ ਨਾ ਲਾਗੇ ਨਾ, ਜਿਨ੍ਹਾਂ ਨੇ ਵਾਕਿਆ ਹੀ
ਜੀਵਨ ਦੇ ਵਿੱਚ ਜਿੱਥੇ ਸਰਦਾਰ ਸਾਹਿਬ ਜੀ ਹੋਣਾ ਨਾਲ ਜਥੇਦਾਰ ਸਾਹਿਬ ਜੀ ਹੋਣਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਅਤੇ ਜਿੱਥੇ ਪਰਿਵਾਰ ਦੀ ਸੋਹਣੀ ਪਾਲਣ ਪੋਸ਼ਣ ਕੀਤੀ ਅਤੇ ਉੱਥੇ ਭਾਈ ਇਹ ਜੀਵਨ ਗੁਰੂ ਦੇ ਲੇਖੇ ਦੇ ਵਿੱਚ ਵੀ ਲਾਇਆ ਹਾਂ ਦੁੱਖ ਸੁੱਖ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਦੁੱਖ ਸੁੱਖ ਦੋਵੇਂ ਕੱਪੜੇ ਪਹਿਰੈ ਜਾਏ ਮਨੁੱਖ ਇਹ ਤੇ ਭਾਈ ਸਰੀਰ ਦੇ ਕੱਪੜੇ ਵਾਲੇ ਕੁਝ ਸਮਾਂ ਪਹਿਲਾਂ ਕੁਝ ਦੁੱਖ ਦੁੱਖ ਤਕਲੀਫ ਆਈ ਠੀਕ ਵੀ ਹੋ ਗਏ ਸਨ ਪਰ ਕੋਈ ਨਾ ਕੋਈ ਕਾਰਨ ਕੋਈ ਨਾ ਕੋਈ ਬਹਾਨਾ ਬਣ ਜਾਂਦਾ ਹੈ ਪਰਿਵਾਰ ਨੇ ਕੋਈ ਕਸਰ ਨਹੀਂ ਛੱਡੀ ਮਹਿੰਗੇ ਦੋਵੇਂ ਦਾ ਇਲਾਜ ਵੀ ਕਰਵਾਇਆ ਜਿੱਥੇ ਵੀ ਕਿਸੇ ਨੇ ਦੱਸ ਪਾਈ ਲੈ ਤੁਰੇ ਪਰ ਉਹਨਾਂ ਦਾ ਸਹਿਯੋਗ ਉਹਨਾਂ ਦਾ ਸੰਬੰਧ ਜਿੰਨਾ ਸੀ ਪਰਿਵਾਰ ਦੇ ਨਾਲ ਜਥੇਦਾਰ ਸਾਹਿਬ ਜੀ ਤੇ ਆਪ ਬੜੀ ਹੋਈ ਸੂਝੀ ਸ਼ਖਸੀਅਤ ਨੇ ਜਿਸ ਵੇਲੇ ਆ ਕੇ ਮਿਲੇ ਤਾਂ ਕਹਿਣ ਲੱਗੇ ਭਾਈ ਸਾਹਿਬ ਮਾਲਕ ਦਾ ਹੁਕਮ ਹੈ ਮਾਲਕ ਦਾ ਹੁਕਮ ਹੈ ਇਹ ਤੇ ਸਤਿਗੁਰੂ ਜੀ ਦਾ ਪਾਣਾ ਹੈ ਉਹਦਾ ਹੁਕਮ ਆ ਗਿਆ ਕੋਈ ਨਾ ਕੋਈ ਬਹਾਨਾ ਕੋਈ ਨਾ ਕੋਈ ਰੀਜ਼ਨ ਕੋਈ ਨਾ ਕੋਈ ਕਾਰਨ ਬਣ ਚੁੱਕਾ ਹੈ ਆਓ ਇਹ ਸ਼ਬਦ ਆਪਾਂ ਪੜ੍ਹ ਰਹੇ ਹਾਂ ਕਿ ਭਾਈ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸੁਣੀ ਅਸੀਂ ਰੋਸ ਕਿਹਦੇ ਨਾਲ ਕਰੀਏ ਅਸੀਂ ਸ਼ਿਕਵਾ ਕਿਹਦੇ ਨਾਲ ਕਰੀਏ ਭਾਈ ਸਾਡਾ ਤਾਂ ਉੱਥੇ ਵਸ ਹੀ ਸੋਈ ਨਹੀਂ ਜੇ ਹਾਥੀ ਨਹੀਂ ਲਿਖਿਆ ਤੇ ਹਾ ਹੁਕਮ ਕਮਾਏ ਇਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਆਓ ਸਾਨੂੰ ਬਖਸ਼ਿਸ਼ ਕਰਦੇ ਸਾਹਿਬ ਜਿਹਨਾਂ ਦਾ ਜੀਵਨ ਸਾਥੀ ਚੱਲਿਆ ਗਿਆ ਸਰ ਜਸਕਰਨ ਸਿੰਘ ਜੀ
ਜਿਨ੍ਹਾਂ ਦੇ ਮਾਤਾ ਜੀ ਚਲੇ ਗਏ, ਪਰਿਵਾਰ ਵਾਸਤੇ ਅਸਹਿ ਤੇ ਅਕਹਿ ਇਹ ਦੁੱਖ ਹੈ, ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰ ਸਤਿਗੁਰੂ ਜੀ ਸਾਨੂੰ ਬਾਣੀ ਦੇ ਅੰਦਰ ਨਾਲ ਨਾਲ ਸੇਧ ਦਿੰਦੇ। ਮਹਾਰਾਜ ਕਹਿੰਦੇ ਵੀ ਉਹਦੇ ਅੱਗੇ ਸਾਡਾ ਕਿਸੇ ਦਾ ਜ਼ੋਰ ਨਹੀਂ। ਹੁਣ ਪਰਿਵਾਰ ਨੇ ਆਪਣੀ ਵਾਹ ਲਾਈ, ਬੀਬਾ ਜੀ ਤੇ ਢਿੱਲੇ ਮੱਠੇ ਸਨ ਨਾ, ਕੋਈ ਪ੍ਰੋਬਲਮ ਆਈ ਹੈ ਤਾਂ ਪਰਿਵਾਰ ਨੇ ਦਿਨ ਰਾਤ ਇੱਕ ਕਰ ਦਿੱਤੀ। ਉਹਨਾਂ ਦਾ ਦੁਆ ਦਾਰੂ ਵਧੀਆ ਤੋਂ ਵਧੀਆ ਜਿਹੜਾ ਕਰਵਾਇਆ, ਉਹ ਸਮਾਂ ਜਿਹੜਾ ਮਹਾਰਾਜ ਜੀ ਘਰੋਂ ਬਖਸ਼ਿਆ ਸੀ, ਜਿਤਨੇ ਮਹਾਰਾਜ ਜੀ ਨੇ ਸਵਾਸਥਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ, ਉਸ ਨੂੰ ਚੋਕ ਕੇ ਚਲੇ ਗਏ। ਮਹਾਰਾਜ ਕਹਿੰਦੇ ਜਿਸ ਠਾਕੁਰ ਤੋਂ ਨਾ ਹੀ ਚਾਰਾ ਤਾਂ ਕੋ ਕੀਜੈ ਸਤ ਨਮਸਕਾਰ। ਹੁਣ ਉਸ ਵਾਹਿਗੁਰੂ ਜੀ ਦੇ ਅੱਗੇ ਸਾਡਾ ਕਿਸੇ ਦਾ ਚਾਰਾ ਨਾ ਚੱਲਦਾ, ਅਸੀਂ ਆਪਣੀ ਜ਼ੋਰ ਆਪਣਾ ਵਾਹ ਲਾ ਲਿਆ, ਪਰ ਮਹਾਰਾਜ ਦੇ ਘਰੋਂ ਜਿਹੜਾ ਸੀ ਨਾ ਉਹ ਸਮਾਂ ਆ ਗਿਆ ਸੀ ਜੀ। ਹੁਣ ਸਤਿਗੁਰੂ ਜੀ ਦੇ ਗੁਰਮੁਖ ਹੋਏ ਸੋ ਭਾਣਾ ਮੰਨੇ ਸਹਿਜੇ ਹਾਲਾ ਸਮੇਤ, ਆਪ ਜੀ ਇੰਨਾ ਵੱਡਾ ਇਕੱਠ ਜਿਹੜਾ ਹੈ ਜਥੇਦਾਰ ਸਾਹਿਬ ਜੀ ਦੇ ਨਾਲ ਆਪ ਜੀ ਸਾਰੀਆਂ ਸੰਗਤਾਂ ਦੁੱਖ ਸਾਂਝਾ ਕਰਨ ਵਾਸਤੇ ਆਏ ਹੋਏ, ਉਹ ਵਿਛੜੀ ਹੋਈ ਜੀਵ ਆਤਮਾ ਪੂਜ ਨੇ ਪਵਿੱਤਰ ਆਤਮਾ ਨਾਮ ਦੇ ਰਸੀਏ ਬੀਬੀ ਚਰਨਜੀਤ ਕੌਰ ਜੀ ਜਿਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹੋ। ਸੰਗਤ ਜੀ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਆਸਾ ਜੀ ਦੀ ਵਾਰ ਅਸੀਂ ਬਾਣੀ ਰੋਜ਼ ਪੜ੍ਹਦੇ ਹਾਂ, ਰੋਜ਼ ਸੁਣਦੇ ਹਾਂ, ਉਹਦੇ ਵਿੱਚ ਗਰੀਬ ਨਿਵਾਜ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਕੇ ਸਮਝਾਉਂਦੇ ਨੇ। ਮਹਾਰਾਜ ਕਹਿੰਦੇ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ। ਜਦੋਂ ਸੰਗਤ ਅਰਦਾਸ ਕਰਦੀ ਹੈ ਨਾ ਮਿਲ ਕੇ, ਕਿਉਂਕਿ ਸਤਿਗੁਰੂ ਜੀ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਵਿੱਚ ਗੁਰੂ ਸਾਹਿਬ ਸੁਭਾਈਮਾਨ ਹੁੰਦੇ ਨੇ, ਤੇ ਜਿਸ ਵੇਲੇ ਸੰਗਤ ਅਰਦਾਸ ਕਰਦੀ ਹੈ ਉਹ ਅਰਦਾਸ ਸਾਹਿਬ ਦੇ ਦਰ ਪ੍ਰਵਾਨ ਹੁੰਦੀ ਹੈ। ਤਾਂ ਮਹਾਰਾਜ ਜੀ ਦੀ ਬਾਣੀ ਦਾ ਸ਼ਬਦ ਹੈ, ਸੋਹਲਾ ਸਾਹਿਬ ਪੜ੍ਹਦੇ ਹਾਂ, ਸੰਬਤ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ ਦੇਹੋ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਵੇਂ। ਮਹਾਰਾਜ ਕਹਿੰਦੇ ਇਹ ਅਰਦਾਸ ਦੇ ਵਿੱਚ ਇੱਕ ਅਸੀਸ ਰੂਪੀ ਅਰਦਾਸ ਆਪਾਂ ਸਾਰਿਆਂ ਨੇ ਕਰਨੀ ਹੈ। ਗਰੀਬ ਨਿਵਾਜ ਪਾਤਸ਼ਾਹ ਜੀਓ, ਆਪ ਜੀ ਕਿਰਪਾ ਕਰਿਓ, ਭੁੱਲਣ ਅੰਦਰ ਸਭ ਕੋ ਭੁੱਲੂ ਨੂੰ ਕਰਤਾਰ। ਸਤਿਗੁਰੂ ਜੀ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਜਾਣੇ ਅਣਜਾਣੇ ਦੇ ਵਿੱਚ ਕਈ ਤਰ੍ਹਾਂ ਦੀਆਂ ਉਣਤਾਈਆਂ ਹੋ ਜਾਂਦੀਆਂ ਨੇ, ਭੁੱਲਾਂ ਹੋ ਜਾਂਦੀਆਂ ਨੇ। ਮਹਾਰਾਜ ਜੀ ਤੁਸੀਂ ਤੇ ਆਪ ਬਖਸ਼ਿਸ਼ ਕਰਦੇ ਹੋ, ਜੈਸਾ ਬਾਲਕ ਭਾਏ ਸੋ ਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਕਿਟਕੇ ਭਗਵੰਤੀ ਬੋੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਵਰ। ਹੁਣ ਮਹਾਰਾਜ ਜੀ ਤੁਸੀਂ ਕਿਰਪਾ ਕਰਿਓ, ਤੁਸੀਂ ਬਖਸ਼ਿਸ਼ ਕਰਿਓ, ਵਿਛੜੀ ਹੋਈ ਦੀਵ ਆਤਮਾ ਪੂਜ ਨੇ ਪਵਿੱਤਰ ਆਤਮਾ ਬੀਬੀ ਚਰਨਜੀਤ ਕੌਰ ਜੀਆਂ ਨੂੰ ਸਦੀਪ ਕਾਲ ਆਪਣੇ ਚਰਨਾਂ ਦੀ ਅਭੇਤਤਾ ਆਪਣੇ ਚਰਨਾਂ ਦਾ ਨਿਵਾਸ ਬਖਸ਼ਣਾ ਮੇਰੇ ਸਤਿਗੁਰੂ ਜੀ, ਅਤੇ ਉਹਨਾਂ ਦਾ ਪਰਿਵਾਰ ਅਤਿ ਸਤਿਕਾਰਯੋਗ ਜਥੇਦਾਰ ਸਾਹਿਬ ਸਾਧ ਸੰਗਤ ਸਿੰਘ ਜੀ ਵੈਦਪੁਰੀ ਸਾਹਿਬ, ਮਾਤਾ ਜੀ ਦੇ ਸਪੁੱਤਰ ਸਰਦਾਰ ਜਸ ਕਰਨ ਸਿੰਘ ਜੀ ਮਹਾਰਾਜ ਜੀ ਸਾਰੇ ਹੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਇਹ ਅਰਦਾਸ ਅਸੀਂ ਸਾਰਿਆਂ ਨੇ ਗੁਰੂ ਪਿਤਾ ਜੀ ਦੇ ਚਰਨਾਂ ਦੇ ਵਿੱਚ ਕਰਨੀ ਹੈ। ਸੋ ਆਓ ਬੇਨਤੀ ਦਾ ਸ਼ਬਦ ਸਾਰੀ ਸੰਗਤ ਮਿਲ ਕਰਕੇ ਪੜ੍ਹਨਾ ਕਰੀਏ ਜੀ। ਦੇਹੋ ਸਜਣ ਅਸੀਂ ਸੜੀਆਂ ਮੇਰੇ
Thank you.
ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਸਮਝਾ ਰਿਹਾ ਕਹਿੰਦੇ ਭਾਈ ਜਿਹਨਾਂ ਨੇ ਨਾਮ ਜਪਿਆ ਜਿਵੇਂ ਸਰਕਾਰ ਜੀ ਬੀਬਾ ਜੀ ਬੀਬਾ ਚਲ ਜੀ ਕੌਰ ਬਾਣੀ ਪੜ੍ਹਦੇ ਕੀਰਤਨ ਸੁਣਦੇ ਤੇ ਅਜਿਹੀਆਂ ਰੂਹਾਂ ਜਿਹੜੀਆਂ ਨੇ ਨਾ ਜਿਵੇਂ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਆਪਾਂ ਸ਼ਬਦ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਗੁਰਮੁਖ ਜਨਮ ਸਵਾਰ ਦਰਗਹ ਚਲਿਆ ਸੱਚੀ ਦਰਗਹ ਜਾਏ ਸੱਚਾ ਪਿੰਡ ਮੰਨੇ ਭਾਈ ਜਿਹੜੇ ਨਾਮ ਜਪਦੇ ਨੇ ਬੰਦਗੀ ਕਰਦੇ ਨੇ ਉਹ ਪਰਮਾਤਮਾ ਦੀਆਂ ਰੰਗੀਆਂ ਹੋਈਆਂ ਰੂਹਾਂ ਰੱਬ ਦੇ ਘਰ ਜਾਂਦੀਆਂ ਨੇ ਪੰਚ ਪਾਤਸ਼ਾਹ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਸਮਝਾ ਰਹੇ ਨੇ ਕਹਿੰਦੇ ਭਾਈ ਮਨੁੱਖਾ ਜਨਮ ਕਾਹਦੇ ਵਾਸਤੇ ਮਿਲਿਆ ਆਓ ਇਹਨਾਂ ਪੰਕਤੀਆਂ ਨੂੰ ਇੱਕ ਵਾਰੀ ਸਾਰੀ ਸੰਗਤ ਆਪਾਂ ਪਿਆਰ ਨਾਲ ਪੜ੍ਹੀਏ ਗੋਬਿੰਦ ਮਿਲਨ ਕੀ ਇਹ ਤੇਰੀ ਕਰਿਆ 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 ਜਪੋ ਸਾਰੇ ਗੋਬਿੰਦ ਮਿਲਨ ਕੀ ਇਹ ਤੇਰੀ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਗੋਬਿੰਦ ਇਹ ਤੇਰੀ ਬਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਭਾਈ ਅਰਦਾਸ
ਇਸ ਅਰਦਾਸ ਦੇ ਲਈ ਆਪਣਾ ਸਾਰੇ ਇਕੱਤਰ ਕਰਦੇ ਹਾਂ। ਜਥੇਦਾਰ ਸਾਹਿਬ ਜੀ ਦੇ ਨਾਲ ਆਪ ਜੀ ਦੁੱਖ ਸਾਂਝਾ ਕਰਨ ਵਾਸਤੇ ਆਏ ਹੋ, ਉੱਥੇ ਪੂਜਣੀ ਪਵਿੱਤਰ ਆਤਮਾ ਬੀਬੀ ਚਰਨਜੀਤ ਕੌਰ ਜੀ ਨੂੰ ਆਪਣਾ ਸਾਰੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਸਾਰੇ ਪਹੁੰਚੇ ਹਾਂ। ਆਓ ਗ੍ਰੰਥ ਸਾਹਿਬ ਜੀ ਦਾ ਪਾਠ ਪੜ੍ਹ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰੀਏ। ਮਹਾਰਾਜ ਵਿਛੜੀ ਹੋਈ ਜੀਵ ਆਤਮਾ ਪੂਜਣੀ ਪਵਿੱਤਰ ਆਤਮਾ ਬੀਬਾ ਚਰਨਜੀਤ ਕੌਰ ਜੀ ਨੇ ਸਦੀਵ ਕਾਲ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਉਹਨਾਂ ਦਾ ਸਿਰ ਪਰਿਵਾਰ ਜਥੇਦਾਰ ਸਾਹਿਬ ਸੰਤ ਸਿੰਘ ਜੀ ਵਾਹਿਗੁਰੂ ਸਾਹਿਬ, ਉਹਨਾਂ ਦਾ ਬੱਚਾ ਭਾਈ ਜਸਕਰਨ ਸਿੰਘ ਜੀ, ਸਾਰੇ ਹੀ ਪਰਿਵਾਰ ਨੂੰ ਸਤਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਫਿਰ ਤੋਂ ਜਥੇਦਾਰ ਸਾਹਿਬ ਜੀ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਨੰਦ ਸਾਹਿਬ ਜੀ ਦਾ ਪਾਠ ਪੜ੍ਹ ਕਰਕੇ ਅਰਦਾਸ ਵਿੱਚ ਜੁੜਨਾ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓਂਕਾਰ ਸਤਿਗੁਰ ਸਾ ਅਨੰਦ ਪਿਆ ਮੇਰੀ ਮਾਏ ਸੁਪੀਨਾ
ਉਪਰੰਤ ਪੰਜ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹੋ ਇਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦੁਆਰ ਪੇੜ ਦੇ ਦੀਵਾਨ ਸਜੇ ਗਰੀਬ ਨਵਾਜ ਜੀ ਹੋ ਆਪ ਜੀ ਦਰੋਂ ਘਰੋਂ ਵਰਸਾਏ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਵਰਸਾਏ ਹੋਏ ਕੀਰਤਨੀਆਂ ਵੱਲੋਂ ਮਹਾਰਾਜ ਸੱਚੇ ਪਾਤਸ਼ਾਹ ਕੀਰਤਨ ਗੁਰਬਾਣੀ ਕਥਾ ਦੇ ਵਿਚਾਰ ਕੀਤੀ ਗਈ ਮਹਾਰਾਜ ਸੱਚੇ ਪਾਤਸ਼ਾਹ ਜੀ ਹੋ ਗੁਰਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਕੀਰਤਨ ਕਰਦਿਆਂ ਗੁਰੂ ਮਹਾਰਾਜ ਅਨੇਕਾਂ ਹੀ ਭੁੱਲਾਂ ਚੁੱਕਾਂ ਹੋਈਆਂ ਸੁਭਾਵ ਕਾਰਨ ਜਾਣ ਕੇ ਦਾਨ ਸਰੂਪੀ ਮਾਫ ਕਰਨ ਲੱਗੇ ਪ੍ਰਸੁੱਧ ਗੁਰਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਕੀਰਤਨ ਕਰਨ ਦਾ ਵਾਪ ਦੀ ਬਖਸ਼ਿਸ਼ ਕਰ ਗਈ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦਾ ਉਸ ਭਾਵ ਉਸ ਵਿਛੜੀ ਹੋਈ ਰੂਹ ਨੂੰ ਪ੍ਰਦਾਨ ਕਰਨਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਘਰ ਵਿੱਚ ਸੁੱਖ ਸ਼ਾਂਤੀ ਵਰਤਾਣੀ ਦੁੱਖਾਂ ਦਰਦਾਂ ਕਲੇਸ਼ਾਂ ਦਾ ਨਾਸ ਕਰਕੇ ਆਪਣੇ ਭਜਨ ਦਾ ਪ੍ਰਕਾਸ਼ ਕਰਨਾ ਸੱਚੇ ਪਾਤਸ਼ਾਹ ਜੀ ਹੋ ਇਸ ਵੇਲੇ ਜੋ ਵੀ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਤਿੰਨ ਫੁੱਲ ਢਟਾਵਾਂ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਪਹੁੰਚਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਹੋ ਸਭ ਦੀਆਂ ਤਿੰਨ ਫੁੱਲ ਢਟਾਵਾਂ ਮਨਜ਼ੂਰ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੈ ਕੇ ਵਿੱਚ ਲਾਉਣਾ ਦਰੋਂ ਕਰੋ ਸਿੱਖੀ ਸਿੱਧ ਭਰੋਸਾ ਨਾਮ ਦੀਆਂ ਦਾਤਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੇਸਾਂ ਪ੍ਰਦੇਸਾਂ ਵਿੱਚ ਸਹਾਇਤਾ ਕਰਨੀ ਨਗਰ ਵਿੱਚ ਸੁੱਖ ਵਰਤਾਉਣਾ ਸੱਚੇ ਪਾਤਸ਼ਾਹ ਜੀ ਹੋ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਇਸ ਵੇਲੇ ਆਪ ਜੀ ਦੇ ਬਖਸ਼ਿਆ ਭੰਡਾਰਿਆਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਜਪੇ ਮਹਾਰਾਜ ਜੀ ਉਹ ਕਰੋ ਕਿਰਪਾ ਲਾਹੇ ਰੂਪ ਮਨਾਮੇ ਬਖਸ਼ੋ ਨਿਹਾਲ ਕਰੋ ਹੁਕਮਾਂ ਦੇ ਚੱਲਣ ਦੀ ਸਬਰਤਾ ਬਖਸ਼ੋ ਸੁਖ ਹੋਵੇ ਨਾਮ ਕਹਿੰਦਾ ਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੇ ਹੋ ਜੋ ਪ੍ਰਭ ਕੋ ਮਿਲ ਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ ਜੋ ਸ਼ਰਧਾ ਕਰ ਸੇਵਦੇ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧਿਆ ਗੈ ਅਰਦਾਸ ਮੈਂ ਹੋਰ ਥਾਂ ਨਾਹੀ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਸੁਖ ਹੋਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ
दर्शन परसे कृपे जन्म मरण दुख जाए होवे सिबत खसम दी नूरे अरसों पुरसों चटिए दुध डिठे सच्चे पातशाह मग जन्म जन्म दी कटिए सतनाम श्री वाहिगुरु साहिब जीओ सोरठ महला पंजवा आगे सुख मेरे नीता पाचे आनंद प्रभ कीता परमेश्वर बणत बनाई फिर डोलत कत हो नाही आगे सुख मेरे नीता पाछे आनंद प्रभ कीता परमेश्वर बणत बनाई फिर डोलत कत हो नाही साचे साहिब स्यों मन मानया हर सर्व निरंतर जानया रहो सब जी तेरे दयाला अपने भगत करे प्रतपाला अचरज तेरी वडियाई नित नानक नाम त्याई सब जी तेरे दयाला अपने भगत करे प्रतपाला अचरज तेरी वडियाई नित नानक नाम त्याई हेलो परम सम्मान के सत्कार योग सतगुरु जगत गुरु भाणे के मालक साहिब श्री गुरु ग्रंथ साहिब महाराज जी के पावन पवित्र चरणा कमलों सतगुरु जी की निघी गोद में असी सारे
ਪਿਛਲੇ ਦਿਨ ਵਿਛੋੜਾ ਦੇ ਗਏ ਬਹੁਤ ਸਤਿਕਾਰ ਚਰਨਜੀਤ ਕੌਰ ਬੰਦੇ ਅੰਤਮ ਅਰਦਾਸ ਸ਼ਰਧਾਂਜਲੀ ਸਮਾਗਮ ਵਿੱਚ ਜੁੜ ਬੈਠੇ ਹਾਂ ਆਓ ਸਤਿਗੁਰੂ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਜੋੜੀਏ ਬੀਬੀ ਜੀ ਦੇ ਬੀਬੀ ਜੀ ਦੀ ਯਾਦ ਵਿੱਚ ਜੁੜੀਏ ਮੇਰੀ ਬੇਨਤੀ ਹੈ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਕਿ ਉੱਠ ਕੇ ਜਾਣ ਦੀ ਖੇਚਲ ਬਹੁਤ ਘੱਟ ਕਰਨੀ ਹੈ ਕਿਉਂਕਿ ਉਸ ਬੀਬੀ ਦੀ ਯਾਦ ਵਿੱਚ ਇਸ ਰੂਪ ਵਿੱਚ ਅੰਤਮ ਅਰਦਾਸ ਦੇ ਰੂਪ ਵਿੱਚ ਅੱਜ ਤੋਂ ਬਾਅਦ ਜੋੜਨ ਦਾ ਆਪਾਂ ਨੂੰ ਸਮਾਂ ਨਹੀਂ ਬਣਨਾ ਉਹ ਸਮਾਂ ਅੱਜ ਹੀ ਹੈ ਅਤੇ ਅੱਜ ਹੀ ਇਸ ਪਰਿਵਾਰ ਨਾਲ ਜਿਸ ਸ਼ਖਸ ਨੇ ਸਾਰੀ ਜ਼ਿੰਦਗੀ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਸਾਡੇ ਸਾਰਿਆਂ ਦੇ ਸਾਥ ਸਹਿਯੋਗ ਦੁੱਖ ਸੁੱਖ ਵਿੱਚ ਲਾਈ ਹੈ ਉਹਨਾਂ ਦਾ ਦੁੱਖ ਮਨਾਉਣ ਦਾ ਸਮਾਂ ਹੈ ਜਿਹੜਾ ਉਹ ਵੀ ਅੱਜ ਹੈ ਆਓ ਫਤਿਹ ਦੀ ਸਾਂਝ ਪਾ ਕੇ ਸ਼ਾਂਤੀ ਅਤੇ ਏਕਤਾ ਦਾ ਪ੍ਰਤੀਕ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਮੈਂ ਧੰਨਵਾਦ ਕਰਦਾ ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਇਹ ਸਮਾਂ ਅੱਜ ਸਾਨੂੰ ਏਦਾਂ ਜੁੜਨ ਵਾਸਤੇ ਇਕੱਤਰ ਕੀਤਾ ਹੈ ਭਾਵੇਂ ਦੁੱਖ ਦਾ ਸਮਾਂ ਹੈ ਧੰਨਵਾਦ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਉਚੇਚੇ ਤੌਰ 'ਤੇ ਉਹਨਾਂ ਦਾ ਧੰਨਵਾਦ ਮੈਂ ਸਭ ਤੋਂ ਪਹਿਲਾਂ ਅਦਬ ਅਤੇ ਸਤਿਕਾਰ ਸਾਹਿਬ ਕਿਉਂਕਿ ਬਾਅਦ ਵਿੱਚ ਕਈ ਵਾਰ ਉਸ ਤਰ੍ਹਾਂ ਦਾ ਡਿਸਿਪਲਨ ਨਹੀਂ ਰਹਿੰਦਾ ਮੈਂ ਬੇਨਤੀ ਕਰਾਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਪ੍ਰਧਾਨ ਸਾਹਿਬ ਕਿਉਂਕਿ ਉਹ ਮੇਰੇ ਵਾਲੇ ਪਾਸੇ ਆ ਜਾਣ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਅਸਥਾਨ ਦੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਹੈ ਜਿਹੜੀ ਉਸ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀ ਸਤਿਕਾਰ ਸੰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਪਰਿਵਾਰ ਨੂੰ ਮਾਤਾ ਚਰਨਜੀਤ ਕੌਰ ਅਤੇ ਜਥੇਦਾਰ ਸੰਤਾ ਸਿੰਘ ਅਮਿਤਪੁਰੀ ਹੋਰਾਂ ਦੇ ਸਪੁੱਤਰ ਸਾਡੇ ਨਿੱਕੇ ਵੀਰ ਜਸਕਰਨ ਸਿੰਘ ਜੀ ਚੱਕ ਸਾਹਿਬ ਹੋਰਾਂ ਨੂੰ ਆਉਣ ਵਾਲੇ ਸਮੇਂ ਦਾ ਜ਼ਿੰਮੇਵਾਰੀ ਦਾ ਜਿਹੜਾ ਸਰੂਪ ਉਹ ਹੈ ਉਹ ਬਖਸ਼ਿਸ਼ ਕੀਤਾ ਜਾਣਾ ਨਿੱਕੇ ਵੀਰ ਜਸਕਰਨ ਨੂੰ ਬੇਨਤੀ ਹੈ ਕਿ ਆ ਕੇ ਪ੍ਰਧਾਨ ਸਾਹਿਬ ਤੋਂ ਆਪਣਾ ਸਤਿਕਾਰ ਹੈ ਜਿਹੜਾ ਸਰੂਪ ਦੇ ਵਜੋਂ ਜ਼ਿੰਮੇਵਾਰੀ ਵਜੋਂ ਉਸ ਰੂਪ ਆਪਣਾ ਬੋਲੇ ਸੋਨਾ ਧੀਆਂ ਦੇ ਪੁੱਤਰ ਰੋਹਾਂ ਦੇ ਪੁੱਤਰ ਬਰਾਬਰ ਹੁੰਦੇ ਨੇ ਜਸਕਰਨ ਸਿੰਘ ਦੇ ਘਰੋਂ ਸਾਡੀ ਭੈਣ ਬਲਜੀਤ ਕੌਰ ਨੂੰ ਬੇਨਤੀ ਹੈ ਕਿ ਉਹ ਆ ਕੇ ਪ੍ਰਧਾਨ ਸਾਹਿਬ ਉਹਨਾਂ ਨੂੰ ਵੀ ਸਿਰੋਪਾਓ ਦੀ ਬਖਸ਼ਿਸ਼ ਹੈ ਜਿਹੜੀ ਉਹ ਕਰਨੀ ਹੈ ਪ੍ਰਦੀਪ ਕੌਰ ਜਥੇਦਾਰ ਸੰਤਾ ਸਿੰਘ ਹੋਰਾਂ ਦੀ ਨੂੰ ਸਾਡੀ ਭੈਣ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਹੈ ਜਿਹੜੀ ਉਹ ਪ੍ਰਧਾਨ ਸਾਹਿਬ ਤੋਂ ਪ੍ਰਾਪਤ ਕਰ ਲੈਣ ਬਹੁਤ ਧੰਨਵਾਦ ਮੈਂ ਬਹੁਤ ਸੰਖੇਪ ਸ਼ਬਦਾਂ ਵਿੱਚ ਆਪਣੇ ਵੱਲੋਂ ਕਿਉਂਕਿ ਮੇਰੀ ਡਿਊਟੀ ਲੱਗੀ ਹੈ ਜਥੇਦਾਰ ਜੀ ਦਾ ਬਹੁਤ ਸੰਖੇਪ ਸ਼ਬਦਾਂ ਵਿੱਚ ਕਿਉਂਕਿ ਪੰਜਾਬ ਦੇ ਕੋਨੇ ਕੋਨੇ ਤੋਂ ਸਾਰੀਆਂ ਪਾਰਟੀਆਂ ਨੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਜਿਹੜੇ ਜਥੇਦਾਰ ਸਾਹਿਬ ਨੂੰ ਪਿਆਰ ਕਰਦੇ ਨੇ ਜਥੇਦਾਰ ਸੰਤਾ ਸਿੰਘ ਅੰਬੇਦਕਰ ਹੋਰਾਂ ਦੀ ਧਰਮ ਪਤਨੀ ਬੀਬੀ ਚਰਨਜੀਤ ਕੌਰ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਪੜ੍ਹਿਆ ਹੋਣਾ ਕਿ ਕਿਤੇ ਵਜੋਂ ਇੱਕ ਅਧਿਆਪਕਾ ਸਨ ਜਦੋਂ ਵੀਹ ਪੱਚੀ ਸਾਲ ਦੀ ਉਮਰ ਵਿੱਚ ਜਥੇਦਾਰ ਸਾਹਿਬ ਨੇ ਆਪਣੇ ਪਿੰਡ ਅੰਬੇਦਕਰ ਤੋਂ ਐਜ਼ ਏ ਵਰਕਰ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਗੁਰਚਰਨ ਸਿੰਘ ਚੋੜਾ ਪੰਥਾਂ ਧਰਮਾਂ ਦੀ ਛਤਰ ਛਾਇਆ ਹੇਠ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਜਥੇਦਾਰ ਜੀ ਹੋਰਾਂ ਨੇ ਚੁੱਕਿਆ ਸੀ ਉਦੋਂ ਸਟੈਪ ਬਾਈ ਸਟੈਪ ਜਿਉਂ ਜਿਉਂ ਪੰਜਾਬ ਦੇ ਜਿਹੋ ਜਿਹੇ ਹਾਲਾਤ ਸਨ ਉਦੋਂ ਜਥੇਦਾਰ ਜੀ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਲੰਘਦੇ ਆਏ ਧਮੋਟ ਕਲਾਂ ਵਿਖੇ ਬੀਬੀ ਜੀ ਹੋਰਾਂ ਦਾ ਜਨਮ ਹੋਇਆ ਬਹੁਤ ਸੰਖੇਪ ਵਿੱਚ ਦੱਸਾਂ ਉਹਨਾਂ ਵੇਲਿਆਂ ਵਿੱਚ ਵੀ ਬੀਬੀ ਜੀ ਨੇ ਬਹੁਤ ਅੱਛੀ ਗਿਆਰਵੀਂ ਦੀ ਗ੍ਰੈਜੂਏਸ਼ਨ ਬੀ ਐਡ ਦੀ ਪੜ੍ਹਾਈ ਕਰਕੇ ਇੱਕ ਅਧਿਆਪਕਾ ਵਜੋਂ ਆਪਣੇ ਆਪ ਨੂੰ ਸਥਾਪਿਤ ਕੀਤਾ ਚੰਗੀ ਅਧਿਆਪਕਾਂ ਨੇ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਸਕੂਲਾਂ ਵਿੱਚ ਪੜ੍ਹਾਈ ਕੀਤੀ ਬੋਲਣ ਵਿੱਚ ਬਹੁਤ ਨਿਪੁੰਨ ਸਬਰ ਸੰਤੋਖ ਸਲੀਕੇ ਅਤੇ ਹਲੀਮੀ ਭਰੀ ਸਾਡੀ ਉਸ ਮਾਂ ਵਰਗੀ ਬੀਬੀ ਚਰਨਜੀਤ ਕੌਰ ਨੇ ਜਦੋਂ ਜਥੇਦਾਰ ਜੀ ਪੰਜਾਬ ਦੇ ਹਾਲਾਤਾਂ ਵਿੱਚ ਪੰਜਾਬ ਦੇ ਮਾੜੇ ਹਾਲਾਤਾਂ ਦੌਰਾਨ ਘਰੋਂ ਬਾਹਰ ਰਹਿੰਦੇ ਸਨ ਬਹੁਤ ਦੇਰ ਬਾਅਦ ਘਰ ਆਉਂਦੇ ਸਨ ਪੰਜਾਬ ਦੇ ਹਾਲਾਤ ਐਸੇ ਸਨ ਕਿਤੇ ਕਿਸੇ ਮੁੰਡੇ ਨੂੰ ਫੜ ਲਿਆ ਕਿਤੇ ਫੜ ਲਿਆ ਕਿਤੇ ਪੁਲਿਸ ਮੁਕਾਬਲਾ ਹੋ ਗਿਆ ਕਿਤੇ ਭੋਗ ਪਾਉਣ ਤੱਕ ਦੀ ਵੀ ਦਿੱਕਤ ਜਦੋਂ ਹੁੰਦੀ ਸੀ ਮੈਨੂੰ ਇਹ ਸੋਚਦਿਆਂ ਬੜਾ ਮਾਣ ਹੋਇਆ ਕਿ ਜਥੇਦਾਰ ਜੀ ਆਪਣੇ ਸਕੂਟਰ 'ਤੇ
ਆਪਣੇ ਸਾਥੀ ਬਾਬਾ ਜਗਰੂਪ ਸਿੰਘ ਹੋਰਾਂ ਨੂੰ ਬਿਠਾ ਕੇ ਕਦੇ ਸਾਡੇ ਜ਼ਿਲ੍ਹੇ ਦੇ ਉਸ ਖੁੰਝੇ ਦੇ ਜਗਰਾਂ ਵਾਲੀ ਸਾਈਡ 'ਤੇ ਕਦੇ ਇਸ ਖੁੰਝੇ 'ਤੇ ਦਰਿਆ ਵਾਲੇ ਪਾਸੇ ਸੁਨਾਲੇ ਹਲਕੇ ਦੇ ਵਾਲੇ ਪਾਸੇ ਦਿੱਤੇ ਤੁਰੇ ਰਹਿੰਦੇ ਸਨ। ਇਕਨੋਮਿਕਲੀ ਹਾਲਾਤਾਂ ਨਾਲ ਵੀ ਜੂਝਦੇ ਰਹੇ। ਇੱਕ ਸਧਾਰਨ ਕਿਸਾਨ ਸਨ, ਪੜ੍ਹੇ ਲਿਖੇ ਸਨ, ਸੂਝਵਾਨ ਸਨ, ਪੁਲਿਸ ਨਾਲ ਕੀ ਪ੍ਰਸ਼ਾਸਨ ਨਾਲ ਕੀ ਲੜਦੇ ਲੜਦੇ ਬਹੁਤ ਸਾਰੇ ਹਾਲਾਤਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਤਕੜੇ ਵਰਕਰ ਮੌਕੇ ਦੇ ਜਥੇਦਾਰ ਸੰਤਾ ਸਿੰਘ ਅੰਮ੍ਰਿਤਪੁਰੀ ਵਰਗੇ ਇਨਸਾਨ ਨਿਕਲੇ ਨੇ ਅਤੇ ਉਹ ਘਰੋਂ ਇੱਕ ਸਟਰੈਂਥ ਸੀ, ਘਰੋਂ ਇੱਕ ਤਾਕਤ ਸੀ, ਘਰੋਂ ਇੱਕ ਪ੍ਰੇਰਨਾ ਸੀ। ਉਹ ਬੀਬੀ ਚਰਨਜੀਤ ਕੌਰ ਉਹਨਾਂ ਦੀ ਆਪ ਸਰਕਾਰੀ ਨੌਕਰੀ ਵੀ ਕਰਨੀ, ਘਰ ਆਏ ਜਥੇਦਾਰ ਜੀ ਦੇ ਵਰਕਰਾਂ ਨੂੰ ਵੀ ਸਾਂਭਣਾ, ਬੱਚਿਆਂ ਨੂੰ ਵੀ ਸਾਂਭਣਾ ਅਤੇ ਅਗਾਂਹ ਵਾਲੀ ਪੀੜ੍ਹੀ ਨੂੰ ਵੀ ਉਹਨਾਂ ਨੇ ਸਾਂਭਣਾ। ਇੱਕ ਸਲੀਕੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਜਥੇਦਾਰ ਜੀ ਦੇ ਸਹਿਯੋਗ ਨਾਲ ਇੱਕ ਪੱਟ ਲੈ ਕੇ ਆਉਂਦੀ। ਜਦੋਂ ਜਥੇਦਾਰ ਸੰਤਾ ਸਿੰਘ ਅੰਮ੍ਰਿਤਪੁਰੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਧਾਰਨ ਵਰਕਰ ਬਣਦੇ ਨੇ, ਉਹ ਤੋਂ ਬਾਅਦ ਸਰਕਲ ਪ੍ਰਧਾਨ, ਉਹ ਤੋਂ ਬਾਅਦ ਜਥੇਦਾਰ ਜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਬਣਦੇ ਨੇ, ਇੱਕ ਵਿਕਾਰੀ ਅਹੁਦਾ ਬੜਾ ਸ਼੍ਰੋਮ ਐਸ ਐਸ ਬੋਰਡ ਸਰਵਿਸ ਸਿਲੈਕਸ਼ਨ ਬੋਰਡ ਦੇ ਚੇਅਰਮੈਨ ਬਣਦੇ ਨੇ, ਜ਼ਿਲ੍ਹਾ ਪ੍ਰਧਾਨ ਬਣਦੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਣਦੇ ਨੇ। ਏਡੀਆਂ ਪਾਵਰਾਂ ਦੇ ਵਿੱਚ ਕਦੇ ਕਿਸੇ ਸਾਈਡ 'ਤੇ ਕਦੇ ਕਿਸੇ ਸਾਈਡ 'ਤੇ ਜਿੰਨੇ ਅਸੀਂ ਬੈਠੇ ਹਾਂ, ਤੁਹਾਡੇ ਵਿੱਚੋਂ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਜਥੇਦਾਰ ਜੀ ਸਾਹਮਣੇ ਨਹੀਂ ਆਏ, ਜਥੇਦਾਰ ਜੀ ਸਾਹਮਣੇ ਨਹੀਂ ਆਏ। ਇੱਕ ਹਲੀਮੀ, ਇੱਕ ਸਦਕਾ, ਅਤੇ ਜਦੋਂ ਜਥੇਦਾਰ ਸੰਤਾ ਸਿੰਘ ਅੰਮ੍ਰਿਤਪੁਰੀ ਇੱਕ ਸਧਾਰਨ ਵਰਕਰ ਨੂੰ ਬੁੱਕਲ ਦੇ ਵਿੱਚ ਲੈਂਦੇ ਨੇ ਅਤੇ ਉਹ ਲੱਗਦਾ ਕਿ ਕਿਸੇ ਵੱਡੇ ਲੀਡਰ ਨੇ ਬੁੱਕਲ ਵਿੱਚ ਲੈ ਲਿਆ। ਪੰਥੋਂ ਅੰਦਰ ਜਥੇਦਾਰ ਗੁਰਚਰਨ ਸਿੰਘ ਤੋੜਾ ਬਹੁਤ ਪਿਆਰ ਕਰਦੇ ਸਨ ਅਤੇ ਉਸ ਤੋਂ ਕਿਤੇ ਜ਼ਿਆਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਸੰਤਾ ਸਿੰਘ ਨੂੰ ਜੇ ਪਿਆਰ ਦਿੱਤਾ ਤਾਂ ਉਹਦਾ ਕਾਰਨ ਜਥੇਦਾਰ ਸਾਹਿਬ ਦੀ ਬਹੁਤ ਪੱਕੀ ਸ਼ਖਸੀਅਤ ਸੀ। ਜਦੋਂ ਬੋਲਦੇ ਨੇ ਫੁੱਲ ਕਹਿੰਦੇ ਨੇ, ਜਦੋਂ ਗੁਰਬਾਣੀ ਦੀ ਗੱਲ ਕਰਦੇ ਨੇ ਸਿਧਾਂਤ ਨਜ਼ਰ ਆਉਂਦੇ ਨੇ, ਜਦੋਂ ਜਥੇਦਾਰ ਸੰਤਾ ਸਿੰਘ ਜੀ ਵਰਕਰਾਂ ਨੂੰ ਸੜਕ 'ਤੇ ਤੁਰੇ ਜਾਂਦੇ ਮਿਲਣ ਜਾਂਦੇ ਨੇ ਅਤੇ ਜਥੇਦਾਰ ਸਾਹਿਬ ਦੇ ਵਿੱਚੋਂ ਇੱਕ ਟਕਸਾਲੀ ਪੰਥ ਨਜ਼ਰ ਆਉਂਦਾ ਹੈ ਅਤੇ ਮੈਂ ਸਮਝਦਾ ਜਿੰਨਾ ਸਿਮਰਨ ਬੀਬੀ ਚਰਨਜੀਤ ਕੌਰ ਉਹਨਾਂ ਨੇ ਇਹਨਾਂ ਦੇ ਘਰ 'ਚ ਰਹਿ ਕੇ ਕੀਤਾ, ਗੁਰਬਾਣੀ ਪੜ੍ਹੀ ਹੈ। ਆਖਰੀ ਸਮੇਂ ਤੋਂ ਹਫ਼ਤਾ ਕੁ ਪਹਿਲਾਂ ਅਸੀਂ ਵੀ ਮਿਲੇ ਸੀ ਅਤੇ ਉਸ ਵੇਲੇ ਕੰਨਾਂ ਦੇ ਵਿੱਚ ਹੈੱਡਫੋਨ ਲੱਗੇ ਹੋਏ ਸੀ ਅਤੇ ਗੁਰਬਾਣੀ ਚੱਲ ਰਹੀ ਸੀ। ਜਥੇਦਾਰ ਜੀ ਬਹੁਤ ਭਰੇ ਹੋਏ ਮਨ ਨਾਲ ਆਖ ਰਹੇ ਸਨ ਕਿ ਹੁਣ ਸਾਰੇ ਪਾਸੇ ਤੋਂ ਜਵਾਬ ਹੈ, ਜਿੰਨੀ ਕੇਅਰ ਇਹਨਾਂ ਨੇ ਕੀਤੀ। ਜਦੋਂ ਵੀ ਫੋਨ ਕਰਨਾ ਕਿ ਮੈਂ ਅਪੋਲੋ ਹੋਸਪਿਟਲ ਦੇ ਵਿੱਚ ਹਾਂ, ਮੈਂ ਇੱਥੇ ਹਾਂ, ਵਿਚਾਰੇ ਛੱਡ ਕੇ ਕਿ ਸਾਡੇ ਇਲਾਕਿਆਂ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਕਦੇ ਭੋਗਾਂ 'ਚ ਕਦੇ ਵਿਆਹਾਂ ਕਦੇ ਦੁੱਖ ਸੁੱਖ ਦੇ ਵਿੱਚ ਇਹ ਇਨਸਾਨ ਤੁਰਿਆ ਰਹਿੰਦਾ ਸੀ। ਉਹਦੀ ਸਾਰੀ ਪ੍ਰੇਰਣਾ ਦਾ ਸਾਰਾ ਸਿਹਰਾ ਜਿਹੜਾ ਉਸ ਬੀਬੀ ਨੂੰ ਜਾਂਦਾ ਜਿਹਦੀ ਯਾਦ ਅਸੀਂ ਸਾਰੇ ਅੱਜ ਜੁੜ ਬੈਠੇ ਹਾਂ। ਸਾਰੇ ਵਧੀਆ ਲੀਡਰ ਨੇ, ਸਾਰੇ ਵਧੀਆ ਬੁਲਾਰੇ ਨੇ, ਪਰ ਜਦੋਂ ਇੱਕ ਬਹੁਤ ਇਮਾਨਦਾਰ, ਬਹੁਤ ਗਿਆਨਦਾਰ, ਬਹੁਤ ਮਿੱਠ ਬੋਲਾ ਸਿੱਖੀ ਸਿਧਾਂਤਾਂ 'ਚ ਅਪਣਾਇਆ ਹੋਇਆ ਜਥੇਦਾਰ ਰੱਖਣਾ ਹੋਵੇ ਅਤੇ ਜਥੇਦਾਰ ਸੰਤਾ ਸਿੰਘ ਵੱਲ ਉਮਰ ਤੋਂ ਚਲੀ ਜਾਂਦੀ ਹੈ, ਸਤਿਸੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਰਪਾ ਹੈ ਜੇ ਕਿਤੇ ਗੁੱਸੇ 'ਚ ਪਾਰਟੀ ਨਾਲ ਹੋ ਜਾਂਦੇ ਨੇ ਤਾਂ ਵੀ ਮੁੱਖ ਚੋਂ ਕਦੇ ਖਿਲਾਫ ਗਲਤੀ ਕਰਦੇ। ਸੋ ਅਸੀਂ ਉਸ ਬੀਬੀ ਦੀ ਯਾਦ ਵਿੱਚ ਜੁੜੇ ਹਾਂ ਜਿਸ ਬੀਬੀ ਨੇ ਸਾਨੂੰ ਬਹੁਤ ਵਧੀਆ ਜਥੇਦਾਰ, ਬਹੁਤ ਵਧੀਆ ਪਰਿਵਾਰ, ਜਸਕਰਨ ਪ੍ਰਦੀਪ ਬੇਟਾ ਹੈ, ਅਜੇ ਕਰਨ ਬੇਟੀ ਹੈ, ਪੋਤੀ ਹੈ, ਭਾਵੇਂ ਕਨੇਡਾ ਰਹਿੰਦੇ ਨੇ, ਬੜਾ ਮਤਲਬ ਸਤਿਕਾਰ ਵਾਲਾ ਪਰਿਵਾਰ ਸਾਡੇ ਸਮਰਾਲਾ ਸਾਹਨੇਵਾਲ ਨਾਲ ਦੇ ਗਿੱਲ ਸਾਰੇ ਪੈਲ ਸਾਰੇ ਹਲਕਿਆਂ ਦੇ ਵਿੱਚ ਬਹੁਤ ਪਿਆਰ ਜਥੇਦਾਰ ਜੀ ਦਾ ਹੈ, ਉਹ ਬੀਬੀ ਚਰਨਜੀਤ ਕੌਰ ਕਰਕੇ ਹੈ। ਇੱਕ ਭਿਆਨਕ ਬਿਮਾਰੀ ਨੇ ਸਾਡੀ ਉਸ ਸੁਗੜ ਸਿਆਣੀ ਅਤੇ ਬਹੁਤ ਗਿਆਨਕਾਰ ਬੀਬੀ ਨੂੰ ਸਾਡੇ ਕੋਲੋਂ ਖੋ ਲਿਆ। ਇੱਕ ਪਤਨੀ ਦੇ ਰੂਪ ਵਿੱਚ ਹਰ ਮਨੁੱਖ ਨੂੰ ਘਰ ਮੁਰਨ ਦੀ ਤਾਂਘ ਹੁੰਦੀ ਹੈ, ਪਰ ਚਲੋ ਸਤਿਗੁਰੂ ਦਾ ਭਾਣਾ ਹੈ। ਜਦੋਂ ਇਸ਼ਤਿਹਾਰ ਲਿਖ ਰਹੇ ਸੀ ਮੈਂ ਬੜਾ ਹੈਰਾਨ ਹੋਇਆ, ਜਥੇਦਾਰ ਜੀ ਆਖਿਆ ਕਿ ਬਾਕੀ ਤੁਕਾਂ ਗੁਰਬਾਣੀ ਦੀਆਂ ਸਾਰੇ ਪੜ੍ਹਦੇ ਰਹਿੰਦੇ ਨੇ, ਆਪਾਂ ਭਾਈ ਉਦਾਸ ਦੀ ਆ ਤੁਕ ਲਿਖਣੀ ਆ, ਅਤੇ ਮੈਂ ਸੋਚ ਰਿਹਾ ਸੀ ਕਿ ਅੱਜ ਵੀ ਜਥੇਦਾਰ ਜੀ ਗੁਰੂ ਦੇ ਭਾਣੇ ਭੈ ਅਤੇ ਭਾਉ ਵਿੱਚ ਰਹਿੰਦੇ ਆ ਆਪਣਾ ਜੀਵਨ ਬਤੀਤ ਕਰ ਰਹੇ ਨੇ। ਸੋ ਧੰਨਵਾਦ, ਮੈਂ ਲੰਬੀ ਗੱਲ ਹੋ ਗਈ ਮੇਰੀ, ਪਰ ਇਹ ਕਰਨੀ ਬਹੁਤ ਜ਼ਰੂਰੀ ਸੀ ਕਿਉਂਕਿ ਤੁਸੀਂ ਅੱਜ ਬੀਬੀ ਦੀ ਯਾਦ ਵਿੱਚ ਜੋੜੇ ਹੋ, ਬਹੁਤੇ ਮਿਲੇ ਵੀ ਹੋਣੇ, ਇਸ ਕਰਕੇ ਉਸ ਬੀਬੀ ਦੀ ਦਿਆਨਤਾ ਦੀ ਗੱਲ ਕਰਨੀ ਬਹੁਤ ਜ਼ਰੂਰੀ ਸੀ। ਸੋ ਮੈਂ ਤੁਹਾਡਾ ਸਾਡਾ ਧੰਨਵਾਦ ਕਰਦਾ। ਮੇਰੇ ਕੋਲ ਲਿਸਟ ਆ ਗਈ, ਮੈਂ ਕਿਉਂਕਿ ਇੰਨੇ ਸ਼ਬਦਾਂ ਵਿੱਚ ਮੈਂ ਦੇਖ ਰਿਹਾ ਸੀ ਸਰਦਾਰ ਜਗਦੀਪ ਸਿੰਘ ਕਈ ਮਾਨਸਾ ਤੋਂ ਆਏ, ਮਾਨਸਾ ਤੋਂ ਚੱਲੇ, ਪਿਆਰ ਹੈ ਤੁਸੀਂ ਸਾਰੇ ਆਪ ਤੋਂ ਆਪਣਾ ਜਿੱਥੋਂ ਵੀ ਚੱਲ ਕੇ ਆਇਓ, ਪਿਆਰ ਲੈ ਕੇ ਆਇਓ, ਮੁਹੱਬਤ ਲੈ ਕੇ ਆਇਓ, ਤੁਹਾਡਾ ਕਦਮ ਕਦਮ ਸਿਰ ਉੱਤੇ ਸਾਰਿਆਂ ਨੂੰ ਬੁਲਾਇਆ ਵੀ ਜਾ ਸਕਦਾ। ਅਤੇ ਇੱਕ ਸਿਆਣੀ ਮਾਂ, ਇੱਕ ਸਿਆਣੀ ਪਤਨੀ, ਇੱਕ ਸਿਆਣੀ ਧਮੋਟ ਵਾਲੇ ਪਰਿਵਾਰ ਦੀ ਧੀ, ਇੱਕ ਸਿਆਣੀ ਦਾਦੀ ਸਾਡੇ ਵਿੱਚੋਂ ਚਲੀ ਗਈ, ਸ਼ਬਦਾਂ ਨਾਲ ਅਸੀਂ ਵਾਪਸ ਨਹੀਂ ਲਿਆ ਸਕਦੇ, ਪਰ ਤੁਹਾਡਾ ਆਇਆ ਕਦਮ ਕਦਮ ਸਿਰ ਮੌਕੇ ਮੈਂ ਸਭ ਤੋਂ ਪਹਿਲਾਂ ਬੁਲਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਮੇਰੀ ਮਜ਼ਬੂਰੀ ਹੈ, ਇਸ ਨੂੰ ਸਮਝਣ ਦਾ ਯਤਨ ਕਰਿਓ। ਜਿੰਨੇ ਕੋਈ ਬੁਲਾਰੇ ਪਰਿਵਾਰ ਵੱਲੋਂ ਹੋਵੇਗਾ
ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਬਹੁਤ ਸੰਖੇਪ ਸ਼ਬਦਾਂ ਵਿੱਚ ਸਾਰੇ ਬੁਲਾਰੇ ਨੂੰ ਬੇਨਤੀ ਹੈ ਕਿ ਬਹੁਤ ਸੰਖੇਪ ਸ਼ਬਦਾਂ ਸਰਦਾਰ ਬਲਬੀਰ ਸਿੰਘ ਜੀ ਦਾ ਕਾਂ ਮੈਂ ਸੰਸਕਾਰ ਤੇ ਵੀ ਜਦ ਦੇਖ ਰਿਹਾ ਸੀ ਦੂਸਰੇ ਘਰ ਵੀ ਦੇਖ ਰਿਹਾ ਸੀ ਤੇ ਅੱਜ ਵੀ ਬੈਠੇ ਨੇ ਬੜਾ ਪਿਆਰ ਜੀ ਨਾਲ ਸਾਬਕਾ ਮੰਤਰੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਬਲਬੀਰ ਸਿੰਘ ਜੀ ਦਾ ਕਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਵੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਬੜੇ ਹੀ ਦੁੱਖ ਦੀ ਘੜੀ ਵਿੱਚ ਆਪਣੇ ਬਾਪ ਦੇ ਸਤਿਕਾਰਯੋਗ ਬੀਬੀ ਤਰਨਜੀਤ ਕੌਰ ਜੀ ਧਰਮ ਪਤਨੀ ਜਥੇਦਾਰ ਸੰਤਾ ਸਿੰਘ ਅਮੇਦਪੁਰੀ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਵਾਸਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਹਨ। ਜ਼ਿੰਦਗੀ ਅਤੇ ਮੌਤ ਦੇ ਸੰਬੰਧ ਵਿੱਚ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਸੱਚਖੰਡ ਦੇ ਹਜ਼ੂਰੀ ਰਾਗੀ ਉਹਨਾਂ ਨੇ ਰੱਬੀ ਗੁਰਬਾਣੀ ਦਾ ਕੀਰਤਨ ਧਿਆਨ ਕਰਕੇ ਪਰਿਵਾਰ ਨੂੰ ਸੰਗਤਾਂ ਨੂੰ ਢਾਰ ਦੇਣ ਦਾ ਯਤਨ ਕੀਤਾ। ਗੁਰਬਾਣੀ ਦਾ ਫਰਮਾਨ ਹੈ ਕਿਹਾ ਜਾਣਾ ਕਿ ਮਰੇਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਰੁਨ ਵਿਸਰੇ ਤਾਂ ਸਹਿਣਾ ਮਰਨਾ ਹੋਏ। ਬੀਬੀ ਤਰਨਜੀਤ ਕੌਰ ਜੀ ਜਪ ਅਤੇ ਤਪ ਵਾਲਾ ਸੇਵਾ ਅਤੇ ਸਿਮਰਨ ਵਾਲਾ ਉਹਨਾਂ ਦੇ ਦਾਨ ਵਾਲਾ ਉੱਚਾ ਅਤੇ ਸੁੱਚਾ ਜੀਵਨ ਬਤੀਤ ਕਰਕੇ ਸਾਡੇ ਕੋਲ ਗਏ ਨੇ। ਪੰਜਾਬ ਦੇ ਨਾਮਵਰ ਨਗਰ ਧਮੋਟ ਵਿਖੇ ਉਹ ਚੇਰੀ ਸਿੱਖਿਆ ਹਾਸਿਲ ਕਰਕੇ ਇੱਕ ਅਧਿਆਪਕਾ ਦੇ ਰੂਪ ਵਿੱਚ ਜਥੇਦਾਰ ਸੰਤਾ ਸਿੰਘ ਦੀ ਜੀਵਨ ਸਾਥਣ ਬਣ ਕੇ ਅਮੇਦਪੁਰ ਨਗਰ ਵਿੱਚ ਝੱਜ ਪਰਿਵਾਰ ਵਿੱਚ ਆਏ। ਉਹਨਾਂ ਨੇ ਆਪਣੇ ਗ੍ਰਸਤ ਜੀਵਨ ਵਿੱਚ ਆਪਣੀ ਕੁੱਖ ਤੋਂ ਇੱਕ ਹੋਣਹਾਰ ਆਗਿਆਕਾਰ ਸਪੁੱਤਰ ਦਸਕਰਨ ਦਾ ਜਨਮ ਦਿੱਤਾ। ਆਪਣੇ ਗੁਰੂ ਵਿੱਚ ਬਿਠਾ ਕੇ ਬਹੁਤ ਕੁਛ ਸਿਖਾ ਕੇ ਸਮੇਂ ਦੇ ਲਿਹਾਜ਼ ਨਾਲ ਪੜ੍ਹਾ ਲਿਖਾ ਕੇ ਸਤਾਰ ਬਣਾਇਆ ਕਿ ਆਪਣੇ ਪਰਿਵਾਰ ਤੋਂ ਉੱਪਰ ਉੱਠ ਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਵਾਸਤੇ ਆਪਣਾ ਯੋਗਦਾਨ ਪਾਉਣ। ਜਥੇਦਾਰ ਸੰਤਾ ਸਿੰਘ ਜੀ ਜਿਹੜੇ ਉਸ ਵੇਲੇ ਦੇ ਵੀ ਬੜੇ ਪੜ੍ਹੇ ਲਿਖੇ ਸਿਆਣੇ ਸੂਝਵਾਨ ਇਨਸਾਨ ਸਨ, ਕਿਰਤੀ ਕਿਸਾਨ ਸਨ, ਉਹਨਾਂ ਨੂੰ ਇੱਕ ਮਹਾਨ ਇਨਸਾਨ ਬਣਾਉਣ ਵਾਸਤੇ ਔਰ ਇੱਕ ਅਕਾਲੀ ਦਲ ਦਾ ਪ੍ਰਮੁੱਖ ਜਥੇਦਾਰ ਬਣਾਉਣ ਵਾਸਤੇ ਉਹਨਾਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ। ਅਧਿਆਪਕ ਕਿਸੇ ਵੀ ਦੇਸ਼ ਅਤੇ ਕੌਮ ਦਾ ਸਮਾਜ ਦਾ ਸਰਮਾਇਆ ਹੁੰਦੇ ਹਨ। ਉਹਨਾਂ 'ਤੇ ਜਿੰਨਾ ਮਾਣ ਕਰੀਏ, ਜਿੰਨਾ ਸਨਮਾਨ ਕਰੀਏ ਉਹਨਾਂ ਥੋੜ੍ਹਾ। ਜਿੱਥੇ ਸਿੱਖਿਆ ਦੇ ਖੇਤਰ ਵਿੱਚ ਉਹਨਾਂ ਨੇ ਅਨੇਕਾਂ ਬੱਚਿਆਂ ਦਾ ਬਹੁਤ ਵਧੀਆ ਕੈਰੀਅਰ ਬਣਾਇਆ, ਉੱਥੇ ਆਪਣੇ ਬੇਟੇ ਦਾ ਵੀ ਬਹੁਤ ਵਧੀਆ ਪ੍ਰੋਜੈਕਟ ਭਵਿੱਖ ਬਣਾਇਆ। ਉਹਨਾਂ ਦੀ ਧੀ ਸਮਾਨ ਨੌ, ਉਹਨਾਂ ਦੀ ਪੋਤਰੀ ਪੋਤਰਾ ਜਿਹਨਾਂ ਨੂੰ ਕੁੱਕੜ ਵਿੱਚ ਬਿਠਾ ਕੇ ਦੇਸ਼ ਭਗਤੀ ਦਾ ਜਜ਼ਬਾ, ਸੇਵਾ ਦੀ ਭਾਵਨਾ ਦੀਆਂ ਲੋਰੀਆਂ ਦਿੱਤੀਆਂ ਔਰ ਅੱਜ ਸਾਡੇ ਵਿੱਚ ਨਹੀਂ ਰਹੇ, ਉਹਨਾਂ ਦਾ ਅਰਸ ਜੀਵਨ ਸਾਡੇ ਸਾਹਮਣੇ ਹੈ। ਉਹਨਾਂ ਨੂੰ ਉੱਚੀ ਅਤੇ ਸੁੱਚੀ ਸ਼ਰਧਾਂਜਲੀ ਇਹੀ ਹੋਏਗੀ, ਉਹਨਾਂ ਦੇ ਉੱਚੇ ਸੁੱਚੇ ਜੀਵਨ ਦੀ ਕਿਤਾਬ ਵਿੱਚੋਂ ਕੋਈ ਨਾ ਕੋਈ ਵਰਕਾ ਪੜ੍ਹ ਕੇ ਅਸੀਂ ਵੀ ਉਹਨਾਂ ਨੂੰ ਸੇਵਾ ਕਰਨ ਦਾ ਯਤਨ ਕਰੀਏ। ਸੋ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਆਪਣੇ ਵੱਲੋਂ, ਆਪਣੀ ਕਾਂਗਰਸ ਪਾਰਟੀ ਵੱਲੋਂ ਬੀਬੀ ਤਰਨਜੀਤ ਕੌਰ ਜੀ ਨੂੰ ਆਪਣੇ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ। ਆਪਾਂ ਸਾਰਿਆਂ ਨੇ ਰਲ ਕੇ ਸੰਗਤ ਦੇ ਰੂਪ ਵਿੱਚ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਪਿੱਛੇ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਕੋਸ਼ਿਸ਼ ਕੀਤੀ ਜਾਵੇਗੀ ਕਿ ਸਾਰੀਆਂ ਪਾਰਟੀਆਂ ਲਗਭਗ ਇੱਕ ਬੁਲਾਰਾ ਬੋਲ ਜਾਵੇ, ਕਿਉਂਕਿ ਸਮਾਂ ਬੜਾ ਖਿੱਚਵਾਂ ਹੈ ਅਤੇ ਬੜਾ ਲੰਬਾ ਸਮਾਂ ਕੱਟਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਮੈਂ ਉਦੋਂ ਤੇ ਸਤਿਕਾਰ ਸਾਹਿਬ ਬੇਨਤੀ ਕਰਾਂਗਾ ਸਰ ਪਰਮਿੰਦਰ ਸਿੰਘ ਜੀ, ਢੀਂਡਸਾ ਸਾਹਿਬ ਪੰਜਾਬ ਦੇ ਫੋਰਮਰ ਫਾਈਨਾਂਸ ਮਿਨਿਸਟਰ ਅਤੇ ਸ਼੍ਰੋਮਣੀ ਅਕਾਲੀ ਦਲ ਸਿੰਘ ਗਰੁੱਪ ਦੇ ਆਗੂ ਸਾਡੇ ਵੀਰ ਪਰਮਿੰਦਰ ਸਿੰਘ ਜੀ ਢੀਂਡਸਾ, ਕਿ ਉਹ ਆਉਣ ਅਤੇ ਆਪਣੀ ਪਾਰਟੀ ਵੱਲੋਂ ਜਥੇਦਾਰ ਜੀ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ। ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ, ਮੈਂ
ਧੰਨਵਾਦ ਕਰਦਾ ਕਿਉਂਕਿ ਪਾਰਟੀ ਨਾਲ ਪਾਰਟੀ ਵੱਲੋਂ ਪਾਰਟੀ ਦੇ ਸੁਪਰੀਮੋ ਪਾਰਟੀ ਪ੍ਰਧਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਰਾਤੀ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਨੇ। ਬਹੁਤ ਸਾਰੇ ਸੱਜਣ ਬੈਠੇ ਜਿਹੜੇ ਵਧੀਆ ਬੋਲ ਸਕਦੇ ਨੇ ਅਤੇ ਬਹੁਤ ਸਾਰੇ ਸੱਜਣ ਇਸ ਤੋਂ ਪਹਿਲਾਂ ਕਈ ਦਿਨ ਪਹਿਲਾਂ ਦੁੱਖ ਸਾਂਝਾ ਕਰਕੇ ਚਲੇ ਗਏ ਨੇ ਅਤੇ ਸੰਤ ਬਲਬੀਰ ਸਿੰਘ ਜੀ ਘੁੰਮਣ ਸਾਬਕਾ ਮੰਤਰੀ ਸਰਦਾਰ ਗੁਰਚਰਨ ਸਿੰਘ ਜੀ ਗਿਰਿਆ ਸਾਹਿਬ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਪਰਮਜੀਤ ਸਿੰਘ ਜੀ ਸਿੱਧੂ ਸਾਬਕਾ ਸਿਆਸੀ ਸਕੱਤਰ ਤਰਸਿਮਰਜੀਤ ਸਿੰਘ ਜੀ ਬੈਂਸ ਸਾਬਕਾ MLA ਸਰ ਵਿਕਰਮਜੀਤ ਸਿੰਘ ਜੀ ਖਾਲਸਾ ਸਾਬਕਾ ਮੰਤਰੀ ਬਹੁਤ ਹੀ ਸਤਿਕਾਰਯੋਗ ਸਰ ਮਹੇਸ਼ ਚੰਦਰ ਸਿੰਘ ਜੀ ਗਿਰਿਆ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਸਰਦਾਰ ਅਮਰੀਕ ਸਿੰਘ ਜੀ ਆਲੀਆ ਸਾਹਿਬ ਸਾਬਕਾ ਮੈਂਬਰ ਪਾਰਲੀਮੈਂਟ ਸਰ ਪ੍ਰਭਾਤ ਸਿੰਘ ਜੀ ਰਾਮੂ ਵਾਲੀਆ ਸਾਹਿਬ ਸਰਦਾਰ ਕਰਨੈਲ ਸਿੰਘ ਜੀ ਪੰਜੋਲੀ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਜਗਦੀਸ਼ ਸਿੰਘ ਗਰਚਾ ਅਤੇ ਸਰਦਾਰ ਮਾਨ ਸਿੰਘ ਗਰਚਾ ਦੋਨੋਂ ਭਰਾ ਬਹੁਤ ਹੀ ਸਤਿਕਾਰਯੋਗ ਸਾਬਕਾ ਮੰਤਰੀ ਸਰ ਹੀਰਾ ਸਿੰਘ ਜੀ ਗਾਬੜੀਆ ਸਾਹਿਬ ਬੀਬੀ ਜਗੀਰ ਕੌਰ ਪ੍ਰਧਾਨ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਕਰਮਜੀਤ ਸਿੰਘ ਜੀ ਚੀਮਾ ਪ੍ਰਧਾਨ ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ ਪੰਜਾਬ ਇਸ ਹਫ਼ਤੇ ਦੇ ਬਹੁਤ ਹੀ ਸਤਿਕਾਰਯੋਗ ਸੇਵਾਦਾਰ ਅਤੇ ਪਰਿਵਾਰਕ ਮੈਂਬਰ ਸਰ ਸ਼ਰਨਜੀਤ ਸਿੰਘ ਜੀ ਢਿੱਲੋਂ ਸਾਬਕਾ ਮੰਤਰੀ ਪੰਜਾਬ ਸੋ ਮੈਂ ਬੇਨਤੀ ਕਰਾਂਗਾ ਬਹੁਤ ਹੀ ਸਤਿਕਾਰਯੋਗ ਸਰਦਾਰ ਪਰਮਿੰਦਰ ਸਿੰਘ ਜਗੀਰ ਸਾਹਿਬ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਗੋਦ ਦੇ ਵਿੱਚ ਮਾਤਾ ਚਰਨਜੀਤ ਕੌਰ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਲਈ ਪਹੁੰਚੀ ਸਮੂਹ ਗੁਰੂ ਪਿਆਰੀ ਗੁਰੂ ਗ੍ਰੰਥ ਸਾਹਿਬ ਸੰਗਤ ਜੀ ਬਲਾਕ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਜਨਮ ਸਵਾਦ ਕਰਕੇ ਚੜ੍ਹਿਆ ਸੱਚੀ ਕਰਕੇ ਜਾਏ ਸੱਚਾ ਕਰਮ ਮਿਲਿਆ ਦੇ ਮਹਾਂਪੁਰਖ ਅਨੁਸਾਰ ਮਾਤਾ ਚਰਨਜੀਤ ਕੌਰ ਜੀ ਸੁਖੀ ਪਿਛੋੜਾ ਦੇ ਕੇ ਅਕਾਲਪੁਰ ਦੇ ਚਰਨਾਂ ਵਿੱਚ ਆਵਰਾ ਜੀ ਨੇ ਅਤੇ ਅੱਜ ਮੈਤਰੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਗੁਰੂ ਦੇ ਚਰਨਾਂ ਵਿੱਚ ਆਪਾਂ ਸਾਰੇ ਜੁੜੇ ਹਾਂ। ਮੈਂ ਸਮਝਦਾ ਮਾਤਾ ਜੀ ਦਾ ਅਕਾਲ ਚਲਾਉਣਾ ਪਰਿਵਾਰ ਵਾਸਤੇ ਤਾਂ ਹੈ ਹੀ ਹੈ ਉੱਤੇ ਇੱਕ ਬਹੁਤ ਵੱਡਾ ਘਾਟਾ ਕਿਉਂਕਿ ਜਥੇਦਾਰ ਸੰਤਾ ਸਿੰਘ ਮਹਿਤੋ ਜੀ ਨੇ ਜੇ ਜੀਵਨ ਦੇ ਵਿੱਚ ਮੈਂ ਕਹਾਂ ਸਭ ਤੋਂ ਵੱਡਾ ਜੇ ਯੋਗਦਾਨ ਹੈ ਤਾਂ ਮਾਤਾ ਜੀ ਦਾ। ਕੋਈ ਵੀ ਵਿਅਕਤੀ ਜਿਹੜਾ ਲੋਕ ਸੇਵਾ ਨੂੰ ਸਮਰਪਿਤ ਹੁੰਦਾ ਹੈ ਉਹ ਆਪਣੇ ਜੀਵਨ ਸਾਥੀ ਤੋਂ ਬਿਨਾਂ ਆਪਣੀ ਧਰਮ ਪਤਨੀ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ। ਜੇ ਜੀਵਨ ਸਾਥੀ ਦਾ ਸਾਥ ਹੈ ਹਰ ਤਰ੍ਹਾਂ ਦਾ ਸਹਿਯੋਗ ਹੈ ਤਾਂ ਹੀ ਇਨਸਾਨ ਅੱਗੇ ਵੱਧ ਸਕਦਾ ਹੈ ਆਪਣੇ ਕਾਰਜ ਵਿੱਚ ਤਰੱਕੀ ਕਰ ਸਕਦਾ ਅਤੇ ਖਾਸ ਤੌਰ 'ਤੇ ਜਦ ਜਥੇਦਾਰ ਜਿਹੜੀ ਤੁਰੇ ਨੇ ਉਦੋਂ ਦਾ ਸਮਾਂ ਬੜਾ ਕਠਿਨ ਸੀ। ਸ਼੍ਰੋਮਣੀ ਅਕਾਲੀ ਦਲ 'ਚ ਸੇਵਾ ਕਰਨੀ ਆਪਣੇ ਆਪ 'ਚ ਇੱਕ ਬਹੁਤ ਵੱਡਾ ਜਜ਼ਬਾ ਰੱਖਣ ਵਾਲੀ ਹੁੰਦਾ ਸੀ ਕਿਉਂਕਿ ਉਦੋਂ ਮੋਰਚਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਕਦੋਂ ਜਾਣਾ ਪੈ ਜੇ ਇਹ ਕੋਈ ਪਤਾ ਨਹੀਂ ਸੀ। ਸੋ ਬੜਾ ਸੰਘਰਸ਼ਮਈ ਜੀਵਨ ਜਥਾ ਸੰਤਾ ਸਿੰਘ ਜੀ ਨਾਲ ਰਿਹਾ ਅਤੇ ਉਹਦੇ ਵਿੱਚ ਮਾਤਾ ਜੀ ਦਾ ਬਹੁਤ ਵੱਡਾ ਰੋਲ ਉਹਨਾਂ ਦੀ ਸਫਲਤਾ ਦੇ ਵਿੱਚ ਉਹਨਾਂ ਨੇ ਜੋ ਵੀ ਕੁਛ ਪਾਰਟੀ ਦੇ ਵਾਸਤੇ ਸੇਵਾ ਨਿਭਾਈ ਲੋਕਾਂ ਵਾਸਤੇ ਸੇਵਾ ਨਿਭਾਈ ਉਹਦੇ 'ਚ ਬਰਾਬਰ ਦਾ ਯੋਗਦਾਨ ਹੈ ਤਾਂ ਮਾਤਾ ਜੀ ਦਾ। ਅਤੇ ਮੈਂ ਹੋਰ ਗੱਲ ਵੀ ਕਹਾਂਗਾ ਕਿ ਜੇ ਅਕਾਲੀ ਸ਼ਬਦ ਨੂੰ ਜਿਹੜਾ ਆਪਾਂ ਦੇਖਦੇ ਹਾਂ ਅਤੇ ਹਰ ਰੂਪ 'ਚ ਵਿੱਚ ਜੇ ਉਸ ਸ਼ਬਦ 'ਤੇ ਪੂਰੇ ਉਤਰਦੇ ਨੇ ਤਾਂ ਜਥੇਦਾਰ ਸੰਤਾ ਸਿੰਘ ਜੀ ਵੀ ਵਰਗੀਆਂ ਸ਼ਖਸੀਅਤਾਂ ਨੇ ਜਿਹੜੀਆਂ ਅਸਲ ਦੇ ਵਿੱਚ ਆਪਣੀ ਕੌਮ ਦਾ ਦਰਦ ਦਿਲ ਵਿੱਚ ਰੱਖਣ ਵਾਲੀਆਂ ਸ਼ਖਸੀਅਤਾਂ। ਸੋ ਇਹਨਾਂ ਦਾ ਜਾਣਾ ਮਾਤਾ ਜੀ ਦਾ ਸਿਰਫ ਪਰਿਵਾਰ ਵਾਸਤੇ ਨਹੀਂ ਇਸ ਪਰਿਵਾਰ ਨਾਲ ਕਿਸੇ ਵੀ ਰੂਪ 'ਚ ਸੰਬੰਧ ਰੱਖਣ ਵਾਲੇ ਹਰ ਵਿਅਕਤੀ ਵਾਸਤੇ ਬਹੁਤ ਵੱਡਾ ਘਾਟ ਹੈ। ਸੋ ਮੈਂ ਆਪਣੇ ਵੱਲੋਂ ਸਰਦਾਰ ਸੁਖਦੇਵ ਸਿੰਘ ਜੀ ਝੂਝਾ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਾਡੇ ਹੋਰ ਵੀ ਬਹੁਤ ਸੀਨੀਅਰ ਆਗੂ ਸਾਹਿਬਾਨ ਮੇਰੇ ਨਾਲ ਸਾਥੀ ਜਿਹੜੇ ਝੂਝਾ ਸਾਹਿਬ ਦੇ ਜਿਹੜਾ ਹੈ ਸਰਦਾਰ ਸਰਬਤ ਸਿੰਘ ਜੀ ਬਲੌਰ ਸਾਹਿਬ ਜਸਟਿਸ ਨਿਰਮਲ ਸਿੰਘ ਜੀ ਉਹਨਾਂ ਦੇ ਨਾਲ ਰਫੜਾ ਸਾਹਿਬ ਅਤੇ ਹੋਰ ਸਾਡੇ ਸੰਧੂ ਸਾਹਿਬ ਸਾਰੇ ਆਏ ਨੇ। ਮੈਂ ਸਾਰੇ ਵੱਲੋਂ ਹੱਥ ਦਿਖਾਉਂਦਾ ਹੋਇਆ ਫਿਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦਾ ਮਾਤਾ ਚਰਨਜੀਤ ਕੌਰ ਨੂੰ ਕੰਮ ਤੋਂ ਆਪਣੇ ਚਰਨਾਂ ਵਿੱਚ ਰਵਾਜ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਇਹੀ ਅਰਦਾਸ ਗੁਰੂ ਚਰਨਾਂ ਵਿੱਚ ਬੜਾ ਚਰਚ ਕਰ।
ਮੈਂ ਧੰਨਵਾਦ ਕਰਨਾ ਬੇਨਤੀ ਹੈ ਚਰਨਜੀਤ ਸਿੰਘ ਜੇਕਵਾਲ ਸਾਹਿਬ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਸਾਬਕਾ ਡਿਪਟੀ ਸਪੀਕਰ ਲੋਕ ਸਭਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਜਾਣ ਦੋ ਮਿੰਟ ਲਈ ਪਰਿਵਾਰ ਵੱਲੋਂ ਸਰ ਚਰਨਜੀਤ ਸਿੰਘ ਜੇਕਵਾਲ ਮੈਂ ਧੰਨਵਾਦ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਜੀ ਗੁਰਮੁਖ ਸਾਹਿਬ ਨੂੰ ਸਾਂਝਾ ਕਰਕੇ ਗਏ ਸਰਦਾਰ ਜਗਜੀਤ ਸਿੰਘ ਜੀ ਤਲਵੰਡੀ ਮੈਂਬਰ ਐਚ ਈ ਪੀ ਸੀ ਸਰਦਾਰ ਹਰਜਿੰਦਰ ਸਿੰਘ ਜੀ ਬਾਜਵਾਜੀ ਸਾਹਿਬ ਬੈਠੇ ਨੇ ਸਰ ਰਣਜੀਤ ਸਿੰਘ ਜੀ ਮੰਗਲੀ ਸਾਹਿਬ ਸਰਦਾਰ ਗੁਰਚਰਨ ਸਿੰਘ ਜੀ ਮਿਹਰਬਾਨ ਬਾਬਾ ਗੁਰਦੇਵ ਸਿੰਘ ਜੀ ਕਾਰ ਸੇਵਾ ਵਾਲੇ ਬਰੂਰ ਤੋਂ ਈਸ਼ਵਰ ਸਿੰਘ ਜੀ ਮਿਹਰਬਾਨ ਸਾਹਿਬ ਸਾਬਕਾ ਮੰਤਰੀ ਜਥੇਦਾਰ ਦਵਿੰਦਰ ਸਿੰਘ ਪਟਨਾ ਮੈਂਬਰ ਐਚ ਈ ਪੀ ਸੀ ਜਥੇਦਾਰ ਹਰਪਾਲ ਸਿੰਘ ਜੀ ਜੱਲਾ ਸਾਬਕਾ ਜੂਨੀਅਰ ਵਿੰਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਚਰਨ ਸਿੰਘ ਜੀ ਆਲਮਗੀਰ ਸਾਹਿਬ ਸਰ ਗੁਰਵਿੰਦ ਸਿੰਘ ਜੀ ਸੰਗੋਲ ਸਾਹਿਬ ਸਾਬਕਾ ਮੈਂਬਰ ਸਰ ਰਣਵੀਰ ਸਿੰਘ ਜੀ ਸਾਹਿਬ ਮਾਨਿਆ ਸਾਹਿਬ ਮੈਂਬਰ ਐਚ ਈ ਪੀ ਸੀ ਜਥੇਦਾਰ ਅਵਤਾਰ ਸਿੰਘ ਜੀਆ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਸਟਿਸ ਸੁਰਿੰਦਰ ਸਿੰਘ ਜੀ ਸਾਬਕਾ ਐਮ ਐਲ ਏ ਸਰ ਰਣਜੀਤ ਸਿੰਘ ਜੀ ਢਿੱਲੋਂ ਸਾਹਿਬ ਸਾਬਕਾ ਪ੍ਰਧਾਨ ਸਾਬਕਾ ਐਮ ਐਲ ਏ ਸਰਦਾਰ ਬਲਵੀਰ ਸਿੰਘ ਜੀ ਰਾਜੇਵਾਲ ਸਾਹਿਬ ਕਮਲਜੀਤ ਸਿੰਘ ਜੀ ਦਾਖਾ ਸਾਬਕਾ ਮੰਤਰੀ ਮੁੜ ਕੇ ਗਏ ਸਰ ਰਣਜੀਤ ਸਿੰਘ ਜੀ ਗਿੱਲ ਸਰਦਾਰ ਹਰਚਰਨ ਸਿੰਘ ਜੀ ਗੋਲਬੜੀਆ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਸ਼ਿਵਾਲਿਕ ਸਾਹਿਬ ਡਾਕਟਰ ਜਸਪ੍ਰੀਤ ਸਿੰਘ ਜੀ ਬੀਜਾ ਸਾਹਿਬ ਬਹੁਜਨ ਸਮਾਜ ਪਾਰਟੀ ਦੇ ਆਗੂ ਬੀ ਬੀ ਸੁਰਿੰਦਰ ਕੌਰ ਦੇ ਆਗੂ ਸਰ ਜਗਦੀਪ ਸਿੰਘ ਜੀ ਚੀਮਾ ਸਰ ਜਗਦੀਪ ਸਿੰਘ ਜੀ ਨਕੇੜੀ ਸਾਹਿਬ ਸਾਬਕਾ ਐਮ ਐਲ ਏ ਮੈਂ ਬੇਨਤੀ ਕਰਾਂਗਾ ਬਹੁਤ ਥੋੜ੍ਹੇ ਸ਼ਬਦਾਂ ਵਿੱਚ ਪਟਵਾਲ ਸਾਹਿਬ ਤੁਸੀਂ ਪਰਿਵਾਰ ਦੇ ਮੈਂਬਰ ਹੋ ਅਤੇ ਤੁਸੀਂ ਬਹੁਤ ਸੰਖੇਪ ਸ਼ਬਦਾਂ ਵਿੱਚ ਕਿੱਥੇ ਸੰਗਤ ਨੇ ਜਾਣਾ ਹੈ ਤੋ ਸ਼ਬਦਾਂ ਦਾ ਸਤਿਕਾਰ ਭੇਟ ਕਰਨਗੇ ਸਰਦਾਰ ਚਰਨਜੀਤ ਸਿੰਘ ਜੀ ਸਾਰਿਆਂ ਦੇ ਨਾਮ ਵਾਲੇ ਸਨ ਜਿਹਨੂੰ ਇਹ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਉਹ ਸਾਬਕਾ ਨੂੰ
ਬਹੁਤ ਧੰਨਵਾਦ ਸਰਦਾਰ ਸ਼ੇਰ ਸਿੰਘ ਗਰੂਪ ਸ਼੍ਰੇਣੀ ਗੁਰਬੰਦ ਸਕੱਤਰ ਗੁਰਵਿੰਦਰ ਸਿੰਘ ਜੀ ਗਰੂਪ ਸ਼੍ਰੇਣੀ ਸਾਬਕਾ ਮੰਤਰੀ ਅਤੇ ਗੁਰਪਾਲ ਸਿੰਘ ਖੋਖਰੇ ਜੀ ਇੰਦਰਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ ਕਮਿਟੀ ਸਿੰਘ ਲੱਖਾ ਜੀ ਸਰਬਜੀਤ ਸਿੰਘ ਕੌਰ ਜੀ ਬਾਬਾ ਕਰਨੈਲ ਸਿੰਘ ਜੀ ਜੇਲ੍ਹ ਲਖਵੀਰ ਸਿੰਘ ਲੱਖਾ ਇਸ ਤੋਂ ਪਹਿਲੇ ਕਪਾਲ ਸਿੰਘ ਜੀ ਗਰੇਵਾਲ ਸਾਹਿਬ ਪਰਮਜੀਤ ਸਿੰਘ ਜਲੋਂ ਪੰਜਾਬ ਜਨਤਾ ਸੰਗਰਾਲਾ ਸਰਦਾਰ ਸੁਖਜੀਤ ਸਿੰਘ ਹਰਾ ਪ੍ਰਧਾਨ ਸਾਹਿਬਾਲ ਤਾਂ ਸੁਖਵਿੰਦਰ ਸਿੰਘ ਜੀ ਗਰੇਵਾਲ ਮੈਨੇਜਰ ਸਾਹਿਬ ਅਵਤਾਰ ਸਿੰਘ ਜੀ ਵੇਲੋ ਵੀ ਕੇ ਯੂ ਜਸਵਿੰਦਰ ਸਿੰਘ ਜੀ ਬਲੀਵਾਲ ਸਾਹਿਬ ਤਾਂ ਜੀਵਨ ਤੋਂ ਲੁਧਿਆਣਾ ਜੀ ਗੁਰਦੇਵ ਸਿੰਘ ਆਪਣੇ ਸਾਹਿਬ ਸਰਦਾਰ ਤਰਸੇਮ ਸਿੰਘ ਜੀ ਪਿੰਡਰ ਸਾਹਿਬ ਬੇਨਤੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਤਿਕਾਰ ਸਾਹਿਬ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਅਤੇ ਉਹ ਆਉਣ ਸ਼ਬਦ ਅਤੇ ਸਤਿਕਾਰ ਭੇਟਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਇਹ ਦੁਆਰਾ ਕਿ ਬੇਨਤੀ ਸੀ ਕਿ ਬੁਲਾਉਣਾ ਚਾਹੁੰਦੇ ਸੀ ਸਰਦਾਰ ਮਹੇਸ਼ਚੰਦਰ ਸਿੰਘ ਜੀ ਗਰੇਵਾਲ ਸਾਬਕਾ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਦਰਸ਼ਨ ਰਣਜੀਤ ਸਿੰਘ ਜਲੋਂ ਸਾਬਕਾ ਮੰਤਰੀ ਪਰ ਇੱਕ ਸਮੇਂ ਦੇ ਵਿੱਚ ਨੂੰ ਬੈਠਦੇ ਹਾਂ ਕੋਸ਼ਿਸ਼ ਕੀਤੀ ਹੈ ਕਿ ਇੱਕ ਦੁਆਰੇ ਬੁਲਾ ਕੇ ਅਦਬ ਸਤਿਕਾਰ ਸਾਹਿਬ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਜੋਗਰ ਜੋਗਰ ਡਾਕਟਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਜੋਤਾਂ ਦੇ ਮਾਮਲੇ ਜੀ ਗੁਰੂ ਗ੍ਰੰਥ ਸਾਹਿਬ ਸੰਗਤ ਰਸਨਾ ਪਵਿੱਤਰ ਕਰੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਪ੍ਰਮਾਣ ਹੈ ਘਰ ਘਰ ਇਹੋ ਪਹੁੰਚਣ ਸਦਨੇ ਵੀ ਪਹੁੰਚਣ ਸਦਨ ਹਾਰਾ ਸਿਮਰੀਆਂ ਨਾਨਕ ਸਿੰਘ ਦੇ ਅੱਜ ਅਸੀਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਚਰਨਜੀਤ ਕੌਰ ਜੀ ਜਿਹੜੇ ਪਿਛਲੇ ਦਿਨ ਹੀ ਸਾਨੂੰ ਸਪੀਕਰ ਵਿਛੋੜਾ ਦੇ ਗਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕਰਨ ਵਾਸਤੇ ਬਹੁਤ ਹੀ ਦੁਖਦਾਇਕ ਸਮਾਂ ਅਤੇ ਬਹੁਤ ਹੀ ਅਹਿਮ ਅਤੇ ਅਸਹਿਮ ਵਿਛੋੜਾ ਜ਼ਿੰਦਗੀ ਦੇ ਇਸ ਮੋੜ ਦੇ ਉੱਤੇ ਆ ਕੇ ਜੀਵਨ ਸਾਥੀ ਤਾਂ ਚਲਾ ਜਾਣਾ ਔਰ ਸਾਡੇ ਬੇਟੇ ਜਸਕਰਨ ਸਿੰਘ ਵਾਸਤੇ ਸਿਰ ਦੇ ਉੱਤੋਂ ਮਾਤਾ ਦਾ ਸਾਇਆ ਇਹ ਮੈਂ ਸਮਝਦਾ ਕਿ ਜ਼ਿੰਦਗੀ ਦੇ ਬਹੁਤ ਵੱਡੇ ਮੇਰੇ ਧਿਆਨ ਪਰ ਮੈਂ ਦੇਖ ਰਿਹਾ ਜਿਸ ਦਿਨ ਸੰਸਕਾਰ ਵਾਸਤੇ ਵੀ ਅਸੀਂ ਆਏ ਸੀ ਅਤੇ ਉਸ ਦਿਨ ਵੀ ਮੈਂ ਸਰਦਾਰ ਸਰਦਾਰ ਸਿੰਘ ਬੈਂਕਪੁਰੀ ਜੀ ਨੂੰ ਵੀ ਮਿਲਿਆ ਸੀ ਬੇਟੇ ਨੂੰ ਵੀ ਮਿਲਿਆ ਸੀ ਬਾਕੀ ਪਰਿਵਾਰ ਨੂੰ ਵੀ ਮਿਲਿਆ ਸੀ ਉਸ ਦਿਨ ਵੀ ਗੁਰਮਤ ਅਨੁਸਾਰ ਗੁਰਬਾਣੀ ਦੀ ਸੋਝੀ ਹੋਣ ਕਰਕੇ ਗੁਰਬਾਣੀ ਦੇ ਉੱਤੇ ਭਰੋਸਾ ਹੋਣ ਕਰਕੇ ਸਾਰਾ ਹੀ ਪਰਿਵਾਰ ਸਹਿਜ ਸੀ ਔਰ ਅਸੀਂ ਜਥੇਦਾਰ ਜੀ ਨੂੰ ਹੌਸਲਾ ਦੇ ਕੇ ਦੇਣ ਵਾਸਤੇ ਆਏ ਸੀ ਉਹਨਾਂ ਤੋਂ ਉਲਟਾ ਹੌਸਲਾ ਲੈ ਕੇ ਕਿਉਂਕਿ ਕਹਿਣਾ ਸੌਖਾ ਹੁੰਦਾ ਲੇਕਿਨ ਜਦੋਂ ਸਿਰ ਦੇ ਉੱਤੇ ਪੈਂਦੀ ਤੇ ਉਦੋਂ ਪਤਾ ਲੱਗਦਾ ਕਿ ਇਨਸਾਨ ਦਾ ਜੀਵਨ ਕਿਸ ਤਰੀਕੇ ਹੈ ਉਹਨੂੰ ਅਕਾਲ ਪੁਰਖ ਦੇ ਉੱਤੇ ਭਰੋਸਾ ਕਿੰਨਾ ਉਹ ਗੁਰਬਾਣੀ ਦੇ ਉੱਤੇ ਅਮਲ ਕਿੰਨਾ ਕਰਦਾ ਔਰ ਮੈਨੂੰ ਇਹ ਜਾਣ ਕੇ ਸੰਤੁਸ਼ਟੀ ਹੋਈ ਦੇਖ ਕੇ ਉਸ ਦਿਨ ਕਿ ਜਥੇਦਾਰ ਦੀ ਜ਼ਿੰਦਗੀ ਦੀ ਇਸ ਅਟਲ ਸੱਚਾਈ ਨੂੰ ਮੰਨਣ ਵਾਸਤੇ ਕਾਨਪੁਰ ਦੇ ਕਿਸੇ ਵਿੱਚ ਘਾਉਣ ਵਾਸਤੇ ਆਪ ਵੀ ਕਿਸ ਤਰੀਕੇ ਤਿਆਰ ਸੀ ਅਤੇ ਬੱਚਿਆਂ ਨੂੰ ਵੀ ਕਿਸ ਤਰੀਕੇ ਉਹਨਾਂ ਨੇ ਤਿਆਰ ਕਰਕੇ ਰੱਖਿਆ ਔਰ ਮੈਂ ਸਮਝਦਾ ਕਿ ਇਹ ਜੋ ਸਾਰਾ ਵਰਤਾਰਾ ਸੀ ਇਹਦੇ ਵਿੱਚ ਜਿੱਥੇ ਜਥੇਦਾਰ ਜੀ ਦਾ ਬਹੁਤ ਵੱਡਾ ਰੋਲ ਹੈ ਉੱਥੇ ਸਾਡੇ ਸਰਕਾਰ ਜੋ ਬੀਬੀ ਜੀ ਦੀ ਜਿਹੜੀ ਸ਼ਖਸੀਅਤ ਦਾ ਵਰਣਨ ਸਾਰਿਆਂ ਨੇ ਕੀਤਾ ਹੈ ਉਹਨਾਂ ਦਾ ਆਪਣਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਕਿਉਂਕਿ ਅਧਿਆਪਕ ਦੇ ਤੌਰ ਦੇ ਉੱਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਔਰ ਇੱਕ ਰਾਜਨੀਤਿਕ ਪਰਿਵਾਰ ਨੂੰ ਨਾਲ ਸਾਂਭਣਾ ਔਰ ਦੋਨਾਂ ਚੀਜ਼ਾਂ ਨੂੰ ਬੈਲੈਂਸ ਕਰਕੇ ਰੱਖਣਾ ਕੋਈ ਛੋਟਾ ਕੰਮ ਨਹੀਂ ਹੁੰਦਾ ਪਰ ਮੈਂ ਸਮਝਦਾ ਕਿ ਬੀਬੀ ਜੀ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਬਖੂਬੀ ਨਿਭਾ ਕੇ ਗਏ ਅੱਜ ਦਾ ਜਿਹੜਾ ਇਕੱਠ ਕਿਉਂਕਿ ਸਾਰੇ ਬੁਲਾਰਿਆਂ ਨੇ ਸਰਦਾਰ ਸਰਦਾਰ ਸਿੰਘ ਬੈਂਕਪੁਰੀ ਸਾਹਿਬ ਦਾ ਜ਼ਿਕਰ ਕੀਤਾ
ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਇੱਥੇ ਹਾਜ਼ਰ ਹੋਈਆਂ ਸ਼੍ਰੋਮਣੀ ਅਕਾਲੀ ਦਲ ਦੀ ਸੁੱਚੀ ਲੀਡਰਸ਼ਿਪ ਸਾਰੀ ਇੱਥੇ ਹਾਜ਼ਰ ਹੋਈ ਹੈ ਪ੍ਰਧਾਨ ਸਾਹਿਬ ਕੱਲ੍ਹ ਹਾਜ਼ਰੀ ਭਰ ਕੇ ਗਏ ਆ ਇਹ ਸਿਰਫ ਤੇ ਸਿਰਫ ਸਰਦਾਰ ਸੱਤਾ ਸਿੰਘ ਜੀ ਅੰਬੈਦਪੁਰੀ ਸਾਹਿਬ ਦੀ ਜਿਹੜੀ ਸੇਵਾ ਜਿਹੜਾ ਉਹਨਾਂ ਦਾ ਸੁਭਾਅ ਆ ਔਰ ਜਿਹੜਾ ਇਸ ਲੰਬੀ ਰਾਜਨੀਤਿਕ ਜੀਵਨ ਦੇ ਵਿੱਚ ਸਾਰਿਆਂ ਦਾ ਉਹਨਾਂ ਨੇ ਦੁੱਖ ਸੁੱਖ ਦੇ ਵਿੱਚ ਸਾਥ ਦਿੱਤਾ ਇਹ ਸਾਰਾ ਮੈਂ ਸਮਝਦਾ ਕਿ ਇਹਦਾ ਸਿਹਰਾ ਜਿਹੜਾ ਉਹਨੂੰ ਜਲ ਜਾਂਦਾ ਅਡਵਾਲ ਸਾਹਿਬ ਜ਼ਿਕਰ ਕਰ ਰਹੇ ਸੀ ਕਿ ਜਦੋਂ ਐਸਐਸਐਸ ਬੋਰਡ ਦਾ ਚੇਅਰਮੈਨ ਹੋਇਆ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਬਹੁਤ ਵੱਡੀ ਚਿੰਤਾ ਸੀ ਕਿਉਂਕਿ ਇਹ ਇੱਕੋ ਇੱਕ ਮਹਿਕਮਾ ਜਿਹਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੋਈ ਔਰ ਇਹ ਜੇ ਚੰਗਾ ਚੱਲ ਪਵੇ ਤੇ ਸਰਕਾਰ ਦੀ ਸ਼ੋਭਾ ਵੀ ਬਹੁਤ ਹੁੰਦੀ ਹੈ ਤੇ ਜੇ ਇਹਦੇ ਵਿੱਚ ਕਮੀਆਂ ਰਹਿਣ ਤੇ ਇਹ ਕਈ ਵਾਰੀ ਸਰਕਾਰਾਂ ਨੂੰ ਲੈ ਕੇ ਵੀ ਬਹਿ ਜਾਂਦਾ ਤੇ ਉਸ ਵੇਲੇ ਮੈਂ ਸੋਚਦਾ ਸੀ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਫੈਸਲਾ ਕੀਤਾ ਸੀ ਮੈਨੂੰ ਯਾਦ ਆ ਤੇ ਜਦੋਂ ਗੁਣਾ ਸਰਦਾਰ ਸੱਤਾ ਸਿੰਘ ਅੰਬੈਦਪੁਰੀ ਸਾਹਿਬ ਤੇ ਪਿਆ ਸੀ ਤੇ ਇਹਨਾਂ ਨੇ ਜਿਹੜੀ ਸੋਚ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਜੋ ਵਿਸ਼ਵਾਸ ਸੀ ਉਹਨਾਂ ਦਾ ਆਪਣੀ ਡਿਊਟੀ ਦੇ ਉੱਤੇ ਇਮਾਨਦਾਰੀ ਦੇ ਨਾਲ ਪਹਿਲਾਂ ਦੇ ਕੇ ਉਹਨਾਂ ਦੀ ਜਿਹੜੀ ਇਹਨਾਂ ਦੇ ਉੱਤੇ ਵਿਸ਼ਵਾਸ ਸੀ ਉਹਨੂੰ ਹੋਰ ਪੱਕਿਆ ਇਸ ਕਰਕੇ ਮੈਂ ਸਮਝਦਾ ਕਿ ਅੱਜ ਸਾਡੇ ਉਸ ਪਰਿਵਾਰ ਦੇ ਵਿੱਚ ਜਿਹੜਾ ਬਹੁਤ ਵੱਡਾ ਭਾਣਾ ਵਾਪਰਿਆ ਮੈਂ ਵੀ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਪਰਿਵਾਰ ਨੂੰ ਸਾਕਲ ਸੰਬੰਧੀਆਂ ਨੂੰ ਸਾਰਿਆਂ ਨੂੰ ਭਾਣਾ ਪੰਡਿਤ ਦਾ ਬਲ ਬਖਸ਼ੇ ਇਹਨਾਂ ਸ਼ਬਦਾਂ ਦੇ ਵਿੱਚ ਮੈਂ ਸਤਿਕਾਰਯੋਗ ਬੀਬੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਸਾਰੇ ਮੇਰੇ ਸਿੰਘ ਦੇ ਸਾਥੀ ਸਰਦਾਰ ਸਰਬਜੀਤ ਸਿੰਘ ਜੀ ਢਿੱਲੋਂ ਸਾਹਿਬ ਜਿਹੜੇ ਇਸ ਇਲਾਕੇ ਦੀ ਨੁਮਾਇੰਦਗੀ ਕਰ ਰਹੇ ਆ ਮੇਰੇ ਵੱਡੇ ਵੀਰ ਸਰਦਾਰ ਮਹੇਸ਼ਚੰਦਰ ਸਿੰਘ ਜੀ ਗਰੇਵਾਲ ਸਾਹਿਬ ਮਨਪ੍ਰੀਤ ਅਯਾਲੀ ਜੀ ਰਣਜੀਤ ਸਿੰਘ ਢਿੱਲੋਂ ਜੀ ਅਤੇ ਸਾਰੀ ਸਾਡੀ ਲੀਡਰਸ਼ਿਪ ਬਾਕੀ ਜ਼ਿਲ੍ਹੇ ਦੀ ਪ੍ਰਧਾਨ ਸਾਹਿਬ ਵੱਲ ਬਾਕੀ ਸਾਰੇ ਹਾਜ਼ਰ ਹੈ ਸਾਰੇ ਵੱਲੋਂ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਰੀ ਬੁਲਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਉਹਨਾਂ ਨੂੰ ਬੇਨਤੀ ਚੰਦੂ ਮਾਜਰਾ ਸਾਹਿਬ ਹੁਣੇ ਪਹੁੰਚੇ ਨੇ ਹੁਕਮ ਹੋਇਆ ਪਰਿਵਾਰ ਦਾ ਕਿ ਦੋ ਸ਼ਬਦ ਆਪਣੇ ਵੱਲੋਂ ਆਖ ਦੇਣ ਕਹਿ ਦੇਣ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਬੋਲਣਾ ਹੈ ਮੈਂ ਬੋਲ ਵੀ ਦਿੱਤਾ ਸੀ ਹੰਦੂ ਪਰਿਵਾਰ ਦਾ ਹੁਕਮ ਹੈ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪ੍ਰਮੁੱਖ ਆਗੂ ਉਹ ਆਪਣੇ ਵੱਲੋਂ ਸ਼ਰਧਾ ਅਤੇ ਸਤਿਕਾਰ ਭੇਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਸ਼ੋਭ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਭੈਣ ਚਰਨਜੀਤ ਕੌਰ ਜਿਨ੍ਹਾਂ ਨੂੰ ਸਰ ਸੰਤਾ ਸਿੰਘ ਜੀ ਮਹਿਤਪੁਰੀ ਦੀ ਧਰ ਪਤਨੀ ਹੋਣ ਦਾ ਮਾਣ ਮਿਲਿਆ ਉਹ ਬਹੁਤ ਖੁਸ਼ਕਿਸਮਤ ਸੀ ਕਿਉਂਕਿ ਜਿਹੜਾ ਮਨੁੱਖ ਸੰਸਾਰ 'ਚ ਆਉਂਦਾ ਉਹਨੇ ਆਪਣੀ ਪਹਿਚਾਣ ਛੱਡਣੀ ਹੁੰਦੀ ਆ ਔਰ ਮੈਂ ਕਹਿ ਸਕਦਾ ਕਿ ਸਰ ਸੰਤਾ ਸਿੰਘ ਮਹਿਤਪੁਰੀ ਨੇ ਸ਼੍ਰੋਮਣੀ ਅਕਾਲੀ ਦਲ ਅੰਦਰ ਹੀ ਨਹੀਂ ਪੰਥਕ ਸਭਾ ਅੰਦਰ ਹੀ ਨਹੀਂ ਬਲਕਿ ਸਮਾਜ ਦੇ ਹਰ ਵਰਗ ਦੇ ਵਿੱਚ ਆਪਣੇ ਵਿਵਹਾਰ ਰਾਹੀਂ ਆਪਣੇ ਸਰਕਾਰ ਰਾਹੀਂ ਜੋ ਇੱਕ ਪਹਿਚਾਣ ਬਣਾਈ ਆ ਉਹ 'ਤੇ ਅਸੀਂ ਮਾਣ ਕਰ ਸਕਦੇ ਹਾਂ ਔਰ ਇਹ ਪਹਿਚਾਣ ਬਣਾਉਣ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਦਾ ਅਹਿਮ ਰੋਲ ਆ ਕਿਉਂਕਿ ਮੈਂ ਤਾਂ ਜਦੋਂ ਰਾਜਨੀਤੀ ਵਿੱਚ ਆਇਆ ਸਭ ਤੋਂ ਪਹਿਲਾਂ ਇਸ ਇਲਾਕੇ ਵਿੱਚ ਜੇ ਕਿਸੇ ਦਾ ਵਾਹ ਪਿਆ ਤਾਂ ਮਹਿਤਪੁਰੀ ਸਾਹਿਬ ਦਾ ਪਿਆ ਔਰ ਬੜੀਆਂ ਕਠਿਨਾਈਆਂ ਚੁਣੌਤੀਆਂ ਮੁਸੀਬਤਾਂ ਵਿੱਚੋਂ ਅਸੀਂ ਇਕੱਠੇ ਗੁਜ਼ਰੇ ਔਰ ਮੈਂ ਕਹਿ ਸਕਦਾ ਜਿੰਨਾ ਅਡੋਲ ਹੋ ਕੇ ਦ੍ਰਿੜ ਹੋ ਕੇ ਵਫ਼ਾਦਾਰ ਹੋ ਕੇ ਪੰਥ ਦਾ ਝੰਡਾ ਬਰਦਾਰ ਹੋ ਕੇ ਇਹਨਾਂ ਨੇ ਸੇਵਾ ਨਿਭਾਈ ਆ ਉਹ ਤਾਂ ਹੀ ਨਿਭਾ ਸਕਿਆ ਜੇ ਘਰ ਵਿੱਚੋਂ ਇਹਨਾਂ ਦਾ ਸਾਥ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਹਰ ਬੰਦਾ ਆਪਣੇ ਘਰ ਵਾਲੀ ਦੀ ਸੇਵਾ ਕਰਦਾ ਪਰਿਵਾਰ ਦੀ ਬੱਚਿਆਂ ਦੀ ਸੇਵਾ ਕਰਦਾ ਪਰ ਅਕਾਲੀ ਜਿਹੜੇ ਨੇ
ਜਦੋਂ ਜਦੋਂ ਤਰਹਿਣ ਕਰਕੇ ਕਦੇ ਪਾਣੀ ਦਾ ਮੋਰਚਾ, ਕਦੇ ਬਿਜਲੀ ਦਾ ਮੋਰਚਾ, ਕਦੇ ਚੰਡੀਗੜ੍ਹ ਦਾ, ਕਦੇ ਧਰਮ ਦੂਤ ਮੋਰਚਾ, ਕਦੇ ਐਮਰਜੈਂਸੀ ਦਾ ਮੋਰਚਾ, ਕਦੇ ਧਾਰਾ 25 ਚਾਲਣ ਦਾ ਮੋਰਚਾ, ਮੇਰਾ ਨਾਲ ਕੋਈ ਇੱਕ ਸੰਘਰਸ਼ ਐਸਾ ਨਹੀਂ ਜਿਹਦੇ ਵਿੱਚ ਉਮੇਸ਼ਵਰੀ ਸਾਹਿਬ ਦਾ ਸਾਥ, ਸਹਿਯੋਗ, ਪਰਿਵਰਤਨ ਨਾ ਹੋਇਆ। ਤੋ ਕਈ ਵਾਰੀ ਪਰਿਵਾਰਾਂ ਨੂੰ ਦੇਖਣਾ ਬੜਾ ਮੁਸ਼ਕਿਲ ਹੋ ਜਾਂਦਾ। ਇਸੇ ਕਰਕੇ ਕਿਸੇ ਨੇ ਕਿਹਾ ਨਾ, ਕਹਿੰਦੇ ਇੱਕ ਬੰਦਾ ਕਹਿੰਦਾ, ਕਹਿੰਦਾ ਦੋ ਬੀਬੀਆਂ ਆਪਸ ਵਿੱਚ ਲੜ ਰਹੀਆਂ ਸੀ, ਇੱਕ ਬੀਬੀ ਦੂਜੇ ਨੂੰ ਗਾਲੀ ਗਲੋਚ ਦੇ ਰਹੀ ਸੀ, ਬਹੁਤ ਭਾਈਆਂ ਭਾਈ ਦੂਜੇ ਸੁਣੀ ਜਾ ਰਹੇ ਸੀ। ਉਹ ਕੋਲੋਂ ਦੀ ਲੰਘੇ ਲੰਘ ਰਿਹਾ ਸੀ, ਕਹਿੰਦਾ ਮੈਂ ਜਦੋਂ ਲੰਘਿਆ ਤਾਂ ਜਿਹੜੀ ਤੁਰਕ ਬੈਠੀ ਸੀ ਉਹ ਕਹਿੰਦੀ, ਮੈਂ ਕਹਿੰਦਾ ਤੇਰੀ ਤੇਰੇ ਘਰ ਵਾਲਾ ਰੱਬ ਕਰਕੇ ਅਕਾਲੀ ਬਣ। ਕਹਿੰਦਾ ਮੈਂ ਕਿਹਾ ਸੀ ਤੂੰ ਮੈਨੂੰ ਕਿਤੇ ਮਿਹਨਤ ਨਹੀਂ ਮਾਰਿਆ, ਤੁਸੀਂ ਮੇਰੇ ਬੀਬੀ ਕੰਮ ਵਧੀ। ਉਹ ਕਹਿੰਦੀ ਭਾਈ ਸਾਡੇ ਜਿਉਂਦੇ ਹੀ ਮਰਿਆ ਕਰਕੇ ਹੁੰਦੇ ਆ ਅਕਾਲੀਆਂ। ਸੋ ਇਸ ਕਰਕੇ ਪਰਿਵਾਰਾਂ ਦੀ ਸੇਵਾ ਕਰਨਾ, ਪਰਿਵਾਰਾਂ ਦੇ ਕੰਮ ਆਉਣਾ ਸ਼ਾਇਦ ਲੋਕਾਂ ਦੀ ਸੇਵਾ ਕਰਨ ਵਾਲੇ ਵਿਅਕਤੀ ਲਈ ਮੁਸ਼ਕਿਲ ਹੁੰਦਾ। ਸੋ ਇਸ ਕਰਕੇ ਸੰਤਾ ਸਿੰਘ ਮਹਿਤਪੁਰੀ ਨੇ ਆਖਰੀ ਸਮੇਂ ਵਿੱਚ ਭੈਣ ਜੀ ਉਹਨਾਂ ਦੀ ਸੇਵਾ ਬਹੁਤ ਕੀਤੀ, ਭਾਵੇਂ ਪਰ ਪਰਮਾਤਮਾ ਦਾ ਵਾਹਿਗੁਰੂ ਦਾ ਪਾਲਣ ਟਾਲਿਆ ਨਹੀਂ ਜਾ ਸਕਦਾ। ਪਰ ਜੋ ਸੇਵਾ ਆਖਰੀ ਸਮੇਂ ਵਿੱਚ ਇਹਨਾਂ ਨੇ ਕੀਤੀ ਉਹ ਵੀ ਹਰ ਬੰਦੇ ਨੂੰ ਉਹਦੀ ਪ੍ਰਸ਼ੰਸਾ ਕੀਤੀ ਹੋਏਗੀ। ਸੋ ਮੇਰਾ ਤਾਂ ਆਪਣਾ ਪਰਿਵਾਰ ਆ ਤਾਂ ਮਾਫ਼ੀ ਵੀ ਚਾਹੁੰਦਾ ਕਿਉਂਕਿ ਲੇਟ ਹੋ ਗਿਆ। ਸਾਡੀਆਂ ਦੁਨੀਆਂ ਸਾਂਝਾਂ, ਪਰਿਵਾਰ ਸਾਂਝਾ, ਇਹਨਾਂ ਦੀ ਸੇਵਾ ਕਰਕੇ, ਇਹਨਾਂ ਦੇ ਸਟੈਂਡ ਕਰਕੇ, ਇਹਨਾਂ ਦੀ ਸੋਚ ਕਰਕੇ ਹਮੇਸ਼ਾ ਇੱਕ ਭਰਾਵਾਂ ਵਾਂਗੂ ਅਸੀਂ ਨਿਭੇ। ਅੱਜ ਬੜਾ ਵੱਡਾ ਘਾਟਾ ਹੈ ਕੇਵਲ ਪਰਿਵਾਰ ਲਈ ਸੀ, ਸਾਡੇ ਸਾਰਿਆਂ ਲਈ। ਸੋ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੋਇਆ ਆਪਣੇ ਬਹੁਤ ਪਿਆਰੇ ਮਿੱਤਰ ਸਤਸੰਗਤਾਂ ਦੇ ਬੇਨਤੀ ਨਾਲ ਅਤੇ ਆਪਣੇ ਭੈਣ ਬੀਬੀ ਚਰਨਜੀਤ ਕੌਰ ਨੂੰ ਸਾਧਾ ਦੇ ਸਰਕਾਰ ਦੇ ਸਭ ਕਹਿ ਕੇ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਿੰਘ ਸਾਹਿਬ ਜਥੇਦਾਰ ਰਘਵੀਰ ਸਿੰਘ ਜੀ ਉਹਨਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥ ਸਾਹਿਬ ਭਾਈ ਬਲਜੀਤ ਸਿੰਘ ਜੀ ਪਹੁੰਚੇ ਨੇ ਪਰਿਵਾਰ ਵੱਲੋਂ ਜੀ ਆਇਆਂ ਨੂੰ ਧੰਨਵਾਦ। ਇੰਨਾ ਲੰਮਾ ਸਫ਼ਰ ਤੈਅ ਕਰਕੇ ਪਿਆਰ ਅਤੇ ਮੁਹੱਬਤ ਲੈ ਕੇ ਆਏ ਨੇ ਪਰਿਵਾਰ ਵੱਲੋਂ ਉਚਿੱਤ ਤੌਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਮੁੱਚੀ ਟੀਮ ਦਾ ਬਹੁਤ ਧੰਨਵਾਦ। ਪ੍ਰਧਾਨ ਸਾਹਿਬ ਦੇ ਬੋਲਾਂ ਨੂੰ ਧੰਨਵਾਦ ਕਰਾਂ। ਸ਼ੇਖ ਨਾਰਾਇਣ ਐਡਵੋਕੇਟ ਸਾਹਿਬ ਸਰ ਜਸਵਿੰਦਰ ਸਿੰਘ ਗੋਂਦਰੇ ਜ਼ਿਲ੍ਹਾ ਪ੍ਰਧਾਨ ਸਾਹਿਬ, ਭਗਵਿੰਦਰ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਸਾਹਿਬ ਸ਼ਹਿਰੀ, ਹਰਭਜਨ ਸਿੰਘ ਜੀ ਦੁਲਮਾ ਸਾਹਿਬ, ਪ੍ਰਧਾਨ ਡੀਐਸਪੀ ਹਲਕਾ ਖੰਨਾ ਦੇ ਇੰਚਾਰਜ ਸਾਡੇ ਵੀਰ ਯਾਦਵਿੰਦਰ ਸਿੰਘ ਜਾਦੂ, ਸਾਰੇ ਸੰਗਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਰਜਿੰਦਰ ਸਿੰਘ ਜੱਫੂ ਜੀ ਬਹੁਤ ਦੂਰ ਤੋਂ, ਰਾਜਿੰਦਰ ਮੋਹਨ ਸਿੰਘ ਜੀ ਕਾਲੀਆਂ, ਕਰਮ ਸਿੰਘ ਜੀ ਪੀ ਸੀ ਐਸ ਆਰ ਡੀ ਏ ਸਾਡੇ ਜੀ ਪਹੁੰਚੇ ਦਰਬਾਰ, ਸ਼ੋਕ ਸੰਦੇਸ਼ ਹੈ ਨਿਰਾਣਾ ਸਾਹਿਬ ਸੰਪਰ ਦਾ, ਬਾਬਾ ਸਾਹਿਬ ਜੋਤ ਸਿੰਘ ਬੇਦੀ ਸਾਹਿਬ, ਜਗਵੀਰ ਸਿੰਘ ਜੀ ਬਰਾੜ ਸਾਬਕਾ ਮੈਂਬਰ ਪਾਰਲੀਮੈਂਟ ਦਾ ਸ਼ੋਕ ਸੰਦੇਸ਼ ਹੈ, ਨਿਰਾਣਾ ਸਾਹਿਬ ਪਬਲਿਕ ਸਕੂਲ ਸਮਰਾੜਾ, ਪੰਜਾਬ ਫੁੱਟਬਾਲ ਐਸੋਸੀਏਸ਼ਨ, ਮਾਈ ਭਾਰਗੋ ਐਜੂਕੇਸ਼ਨ ਚੈਰੀਟੇਬਲ ਟਰੱਸਟ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਝੱਟ ਸਾਹਿਬ, ਭਾਰਤੀ ਐਸੋਸੀਏਸ਼ਨ ਮਾਛੀਵਾੜਾ ਮੰਦਰਾਮਿਕ ਪੌਦ ਦਰਾਹਾ, ਪੰਜਾਬ ਗੌਰਮੈਂਟ ਪੈਨਸ਼ਨ ਐਸੋਸੀਏਸ਼ਨ, ਸੱਚਾ ਸੌਦਾ ਆੜਤੀ ਐਸੋਸੀਏਸ਼ਨ, ਡਾਕਟਰ ਵੀ ਆਰ ਅੰਬੇਦਕਰ ਮਿਸ਼ਨ ਸੁਸਾਇਟੀ, ਪੰਜਾਬ ਸਟੇਟ ਸੇਵਾ ਨੂੰ ਜ਼ਿਲ੍ਹਾ ਬੈਟਰੀ ਇੰਸਪੈਕਟਰ ਸਾਹਿਬ, ਅਮਰਜੀਤ ਸਿੰਘ ਜੀ ਟਿੱਕਾ ਸਾਹਿਬ ਸਾਹਿਬ ਬੱਚੇ ਸੁਧਨ ਬਾਬ, ਕਵੇਂਦੀ ਗਰਾਂ ਐਡਵੋਕੇਟ ਹਰਜਿੰਦਰ ਸਿੰਘ ਜੀ ਤਾਮ ਸਾਹਿਬ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਤਕਾਰ ਸਾਹਿਬ ਸ਼ਰਧਾ ਦੇ ਸਤਕਾਰ ਭੇਟ ਕਰ। ਚਾਰ ਦਿਨ ਤੋਂ ਅੱਜ ਆਪਾਂ ਦੁਸਹਿਰੇ ਵੀ ਆਪਾਂ
ਸ਼ਕਤੀ ਦਾ ਰੂਪ ਆ ਤੇ ਚੌਥਾ ਰੂਪ ਜਿਹੜਾ ਸਭ ਤੋਂ ਅਹਿਮ ਉਹ ਉਹਦੀ ਮਾਂ ਦਾ ਸੋ ਮੈਂ ਸਮਝਦਾ ਸਾਡੀ ਭੈਣ ਨੇ ਧੀ ਤੇ ਭੈਣ ਦਾ ਰੂਪ ਬਹੁਤ ਖੂਬੀ ਨਵਾਇਆ ਤੇ ਧਰਮ ਸਮੱਗਰੀ ਦੇ ਨਾਤੇ ਸਰਦਾਰ ਸੰਤਾ ਸਿੰਘ ਅਮੈਦਪੁਰੀ ਠੀਕ ਰਹੀ ਇੱਥੇ ਆਪਣੇ ਸਾਡੇ ਚੰਦੂ ਮਾਜਰਾ ਸਾਹਿਬ ਨੇ ਗੱਲ ਉਹ ਸਮਾਂ ਅਤੇ ਅੱਜ ਦੇ ਸਮੇਂ ਵਿੱਚ ਫਰਕ ਪੈ ਗਿਆ ਉਹ ਜਿਹੜੇ ਪੁਰਾਣੇ ਅਕਾਲੀ ਆ ਉਹ ਆਪਣੇ ਇੱਕ ਪੀੜੀਆਂ ਪੁਰਾਣੀਆਂ ਹੁੰਦੀਆਂ ਸੀ ਲੱਕੜ ਦੀਆਂ ਝੋਲੇ ਦੇ ਵਿੱਚ ਕਸ਼ਹਿਰਾ ਦੇ ਆਪਣਾ ਪਾਨੇ ਪੁਰਾਣੇ ਹੁੰਦੇ ਸੀ ਤੌਲੀਏ ਨਹੀਂ ਸੀ ਹੁੰਦੇ ਉਹ ਟੰਗ ਕੇ ਰੱਖਦੇ ਸੀ ਵੀ ਪਤਾ ਨਹੀਂ ਕਿਹੜੇ ਵੇਲੇ ਕਿਹੜੇ ਆ ਜਾਣਾ ਸੋ ਅੱਜ ਸਖਾਲ ਹੋ ਗਈ ਮੈਂ ਸਮਝਦਾ ਸਾਡੀ ਭੈਣ ਨੇ ਇੱਕ ਧਰਮ ਸਪਤਨੀ ਦਾ ਬਾਹਰ ਰੂਪੀ ਜੀਵਨ ਜਿਹੜਾ ਉਹ ਇਸ ਅਹੁਦੇ ਦੇ ਉੱਤੇ ਸਰਦਾਰ ਸਾਹਿਬ ਸਿੰਘ ਜੀ ਨੂੰ ਪਹੁੰਚਾਉਣਾ ਬੜਾ ਪੜਾ ਅਤੇ ਮਾਂ ਦੇ ਰੂਪ ਦੇ ਵਿੱਚ ਸਾਡਾ ਬੇਟਾ ਜਸਕਰਨ ਇਹ ਵੀ ਮੈਂ ਸਮਝਦਾ ਅੱਜ ਦੇ ਸਮੇਂ ਦੇ ਵਿੱਚ ਵੱਡੀ ਉਪਲਬਧੀ ਆ ਕਿ ਪੜ੍ਹੇ ਲਿਖੇ ਬੱਚੇ ਹੋਣ ਫਿਰ ਆ ਗਿਆ ਕਾਰ ਹੋਣ ਅਤੇ ਸਭ ਤੋਂ ਵੱਡੀ ਗੱਲ ਜਦੋਂ ਕੋਈ ਬੰਦਾ ਢਿੱਲਾ ਵੱਡਾ ਹੋ ਜਾਂਦਾ ਸੇਵਾ ਤੋਂ ਆਪਾਂ ਆ ਜਾਂਦੇ ਹਾਂ ਪਰ ਮੈਂ ਜਿਸ ਦਿਨ ਭਾਅ ਜੀ ਨਾਲ ਟੈਲੀਫੋਨ 'ਤੇ ਗੱਲ ਕੀਤੀ ਆਪ ਆ ਨਾ ਸਕਿਆ ਪਰ ਭਾਅ ਜੀ ਨੇ ਇੱਕ ਹਾਹ ਦਾ ਨਾਰਾ ਜਿਹੜੇ ਅੰਦਰ ਸੀਗਾ ਵੀ ਮੈਂ ਯਤਨ ਕੀਤਾ ਕੁਝ ਸਮਾਂ ਮੈਂ ਲੋਕਾਂ ਦੇ ਵਿੱਚ ਘੱਟ ਬਤੀਤ ਕਰ ਸਕਿਆ ਕਿਉਂਕਿ ਜਿਹੜੀ ਬਿਮਾਰੀ ਸੀ ਉਹ ਇੰਨੀ ਭਿਆਨਕ ਲੱਗ ਗਈ ਸੋ ਗੁਰੂ ਸਾਹਿਬ ਕਿਰਪਾ ਕਰ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਸਾਨੂੰ ਸਾਰਿਆਂ ਨੂੰ ਸਿਹਤ ਵੀ ਦਿੱਤੀ ਆ ਅਤੇ ਖੁਸ਼ ਸਤਿਗੁਰੂ ਜੀ ਨੇ ਸਾਨੂੰ ਧਰਵਾਸ ਵੀ ਬਖਸ਼ਿਸ਼ ਕੀਤਾ ਉਹ ਕਿਹੜਾ ਧਰਵਾਸ ਆ ਉਹ ਆ ਪਵਿੱਤਰ ਸਤਿਗੁਰੂ ਜੀ ਦੀ ਗੁਰਬਾਣੀ ਦਾ ਹੁਣੇ ਪੰਕਤੀ ਪੜ੍ਹ ਕੇ ਗਏ ਸਾਡੇ ਦਾਤਾ ਸਾਹਿਬ ਕਿਆ ਜਾਣਨ ਜੇ ਮਰੇਗੇ ਕੈਸਾ ਮਰਨਾ ਹੋਏ ਜੇਕਰ ਸਹਿਬ ਮਨ ਨਾ ਵਿਸਰੇ ਤਾਂ ਸਹਿਤਾ ਮਰਨਾ ਹੋਏ ਸਤਿਗੁਰੂ ਜੀ ਕਹਿੰਦੇ ਮਰਨੇ ਤੇ ਜਾਗ ਕਰੇ ਜੀਵਿਆਂ ਲੋੜੇ ਸਭ ਹੋਏ ਹੋਰ ਪ੍ਰਸ਼ਾਦੀ ਜੀਵਤ ਮਰੇ ਤਾਂ ਹੁਕਮੇ ਗੁੰਡੇ ਸੋਏ ਕਹਿੰਦੇ ਜੇ ਜਿਉਂਦੇ ਜੀ ਆਪਣੀ ਮਤ ਨੂੰ ਗੁਰੂ ਦੀ ਮਤ ਨਾਲ ਜੋੜ ਦੇਵੇ ਫਿਰ ਤੇਰਾ ਜੀਵਨ ਮਰਨਾ ਵੀ ਤੇਰਾ ਜੀਣਾ ਦੋਵੇਂ ਸਖਾਲ ਹੋ ਜਾਣਗੇ ਸੋ ਮੈਂ ਸਮਝਦਾ ਉਹ ਸਾਡੀ ਭੈਣ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਮਾਂ ਖੂਬੀ ਨਿਭਾਇਆ ਭਾਵੇਂ ਹਾਲੇ ਉਮਰ ਜਾਣ ਦੀ ਨਹੀਂ ਸੀ ਪਰ ਕਰਤੇ ਦੀ ਖੇਡ ਦੇ ਮੁਹਰੇ ਕੋਈ ਬੰਦਾ ਕੁਝ ਨਹੀਂ ਕਰ ਸਕਦਾ ਸੋ ਆਓ ਰਲ ਕੇ ਆਪਾਂ ਸੰਗਤ ਦੀ ਅਰਦਾਸ ਵੀ ਕੀਤੀ ਆ ਔਰ ਮੈਂ ਇੱਕ ਹੋਰ ਸਰਦਾਰ ਸੰਤਾ ਸਿੰਘ ਜੀ ਦੇ ਵਿੱਚ ਜਿਹੜਾ ਇੱਕ ਸਾਹਿਬੀ ਨੂੰ ਗੁਰੂ ਸਾਹਿਬ ਨੇ ਭਰਿਆ ਬਗੈਰ ਬੋਲਣ ਤੋਂ ਗੁਰਮਤਿ ਦੇ ਪਕਾਏ ਹੋਏ ਜਿਹੜੇ ਉਹ ਸਿਧਾਂਤ ਆ ਉਹਨਾਂ ਦੇ ਵਿੱਚ ਹੀ ਇਹਨਾਂ ਦੇ ਬੋਲ ਹੁੰਦੇ ਮੈਂ ਦੇਖਦਾ ਕਈ ਵਾਰੀ ਸਾਡੇ ਅੱਜ ਇਹ ਘਾਟ ਵੀ ਆ ਗਏ ਆ ਗਈ ਆ ਕਿ ਸਾਡੇ ਲੀਡਰ ਕਈ ਵਾਰੀ ਧਾਰਮਿਕ ਪੱਖ ਕਮਜ਼ੋਰ ਹੁੰਦਾ ਧਾਰਮਿਕ ਪੱਖ ਦੇ ਘੱਟ ਤਰੱਕੀ ਕਰਦੇ ਆ ਪਰ ਇਹ ਸਾਡੇ ਵੀਰ ਦਾ ਧਾਰਮਿਕ ਪੱਖ ਜਿਹੜਾ ਉਹ ਵੀ ਆਉਂਦਾ ਕਿਹਾ ਜਿੱਦਾਂ ਰਾਜਨੀਤਿਕ ਜਿਹੜਾ ਪੱਖ ਹੈ ਸੋ ਬੇਬਾਕ ਹੋ ਕੇ ਸੱਚ ਦੀ ਗੱਲ ਕਰਨੀ ਅਤੇ ਚੰਗੀ ਗੱਲ ਕਰਨੀ ਇਹ ਅੱਜ ਸਾਡੇ ਵਿੱਚੋਂ ਉੱਡ ਚੁੱਕੀ ਆ ਪਰ ਜਿਹਦੇ ਜੀਵਨ ਗੁਰੂ ਦੇ ਲਿਖੇ ਲੱਗਾ ਹੋਵੇ ਗੁਰੂ ਦਾ ਤਾਨ ਸਰੀਰ ਵਿੱਚ ਵਰਤਦਾ ਹੋਵੇ ਇਹ ਬੰਦਾ ਵੱਡਾ ਸੱਚ ਵੀ ਬੋਲ ਸਕਦਾ ਆਓ ਅੰਤ ਦੇ ਵਿੱਚ ਆਪਾਂ ਸਤਿਗੁਰ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਗੁਰੂ ਸਾਹਿਬ ਦੀ ਸੰਗਤ ਦੀ ਅਰਦਾਸ ਵੀ ਕੀਤੀ ਆ ਤੁਹਾਡੇ ਚਰਨਾਂ ਵਿੱਚ ਅਰਦਾਸ ਕਿਹੜੀ ਅਰਦਾਸ ਜਿਹੜੇ ਆਪਾਂ ਕਹਿੰਦੇ ਸਾਡੇ 'ਤੇ ਵੀ ਭਾਣਾ ਵਾਪਰਨਾ ਸਾਰਿਆਂ ਦਾ ਮਰਨ ਲਖਾਏ ਮੰਡਲ ਮੇ ਆਏ ਜੀਵਨ ਸਾਜੇ ਮਾਈ ਇੱਕ ਚੱਲੇ ਹਮ ਦੇਖੇ ਸਵਾਮੀ ਭਾਏ ਵਲੰਬ ਦੀ ਆਈ ਕਹਿੰਦੇ ਜਿਹੜੀ ਮੌਤ ਦੀ ਆ ਗਿਆ ਜੰਗਲ ਦੀ ਤਰ੍ਹਾਂ ਸਾਡੇ ਵੱਲ ਵੱਧ ਰਹੀ ਆ ਅਤੇ ਸਤਿਗੁਰੂ ਦੀ ਅਪਾਓ ਕੀ ਆ ਉਹ ਅਪਾ ਸਤਿਗੁਰੂ ਜੀ ਨੇ ਸਾਨੂੰ ਦੱਸ ਦਿੱਤਾ ਸਤਿਗੁਰ ਧਰਤੀ ਧਰਮ ਹੈ ਜਿਸ ਵਿੱਚ ਜਿਹਾ ਉਹ ਬੀਜੇ ਤੇ ਪਲ ਪਾਏ ਇਹ ਕਹਿੰਦੇ ਜਿਵੇਂ ਦਾ ਬੀਜੇਗਾ ਉਵੇਂ ਦਾ ਵੱਢੇਗਾ ਅਤੇ ਅੱਜ ਮੈਂ ਦੇਖਦਾ ਸਮਾਜ ਦੀ ਰਾਜਨੀਤਿਕ ਅਤੇ ਧਾਰਮਿਕ ਤੌਰ 'ਤੇ ਸਾਰੀਆਂ ਜਥੇਬੰਦੀਆਂ ਵੱਡੇ ਪੱਧਰ 'ਤੇ ਪਹੁੰਚੀਆਂ ਇਹੋ ਹੀ ਇਸ ਜ਼ਿੰਦਗੀ ਦੀ ਕਮਾਈ ਆ ਜਿਹੜੀ ਸਰਦਾਰ ਸੰਤਾ ਸਿੰਘ ਅਮੈਦਪੁਰੀ ਨੇ ਕੀਤੀ ਆ ਸੋ ਪਾਤਸ਼ਾਹ ਕਿਰਪਾ ਕਰ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਤੋਂ ਬਖਸ਼ ਕਰ ਅਤੇ ਗੁਰੂ ਸਾਹਿਬ ਕਿਰਪਾ ਕਰ ਜਿਵੇਂ ਅੱਗੇ ਸਮਾਜ ਦੀ ਸੇਵਾ ਵੱਧ ਚੜ ਕੇ ਕਰਦੇ ਹੋ ਉਦੋਂ ਅੱਗੇ ਸਤਿਗੁਰ ਦੀ ਹੋਰ ਨਾਮ ਬਖਸ਼ ਕਰਨ ਅਤੇ ਉਹ ਸਾਡੀ ਭੈਣ ਨੂੰ ਆਪਣੇ ਚਰਨਾਂ ਦੇ ਵਿੱਚ ਦੀਪਮਾਲ ਨਿਵਾਸ ਬਖਸ਼ ਕਰਨਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪ੍ਰਧਾਨ ਸਾਹਿਬ ਦਾ ਵਿਸ਼ੇਸ਼ ਨਾਲ ਧੰਨਵਾਦ ਸੋ ਆਪਾਂ ਦੇ ਵਿੱਚ ਮੈਂ ਬੇਨਤੀ ਕਰਾਂਗਾ ਦੋ ਮਿੰਟ ਲਈ ਕੇ ਦੂਜੀਆਂ ਸੰਗਤਾਂ ਦਾ ਧੰਨਵਾਦ ਪਰਿਵਾਰ ਵੱਲੋਂ ਜਿੱਥੇ ਗੱਲ ਸੰਤਾ ਸਿੰਘ ਵੱਲੋਂ ਗੁਰਦਾਸਪੁਰ ਦਾ ਐਮ ਐਲ ਏ ਸਾਹਿਬ ਮਨਪ੍ਰੀਤ ਸਿੰਘ ਜੀ ਆ
ਦੋ ਮਿੰਟ ਧੰਨਵਾਦ ਕਰਨਗੇ ਉਸ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਮੰਤਰੀ ਦੇਖ ਵਰਤੇਗੀ ਫਿਰ ਦੇਖ ਲੈ ਕੇ ਸਾਰਿਆਂ ਨੇ ਪ੍ਰਸ਼ਾਦ ਲੈ ਕੇ ਫਿਰ ਆਪੋ ਆਪਣੇ ਘਰਾਂ 'ਤੇ ਜਾਣਾ ਹੈ ਇਸ ਤੋਂ ਬਾਅਦ ਪ੍ਰਸ਼ਾਦਾ ਵੀ ਤਿਆਰ ਹੈ ਸਾਰਿਆਂ ਨੇ ਪ੍ਰਸ਼ਾਦਾ ਛੱਕ ਕੇ ਉਹਨਾਂ ਨੇ ਬੇਨ ਕੇ ਪ੍ਰਬੰਧ ਕਰਨੇ ਆ ਇੰਦਰਪਾਲ ਸਿੰਘ ਜੀ ਡਾਇਰੈਕਟਰ ਐਜੂਕੇਸ਼ਨ ਕਲਾਸ ਅਮਰਵਿੰਦਰ ਸਿੰਘ ਜੀ ਸੰਤੂਰ ਕ੍ਰਿਸ਼ਨ ਕੁਮਾਰ ਬਾਬਾ ਜੀ ਸਰਬਜੀਤ ਸਿੰਘ ਸੋਹਲ ਜੀ ਗੁਰਬੀਰ ਸਿੰਘ ਏ ਆਈ ਜੀ ਬਾਬਾ ਗੁਰਦੇਵ ਸਿੰਘ ਕਾਰ ਸੇਵਾ ਵਾਲੇ ਗੁਰੂ ਗੋਬਿੰਦ ਸਿੰਘ ਟਰੱਸਟੀ ਸਟੱਡੀ ਸੈਂਟਰ ਤੋਂ ਇੰਦਰਪਾਲ ਸਿੰਘ ਪ੍ਰੋਫੈਸਰ ਗੁਰਬਖਸ਼ ਸਿੰਘ ਜੀ ਬੀਜਾ ਸਾਹਿਬ ਸਾਰਿਆਂ ਦਾ ਧੰਨਵਾਦ ਸੋ ਆਖਰ ਦੇ ਵਿੱਚ ਸਰ ਮਨਪ੍ਰੀਤ ਸਿੰਘ ਜੀ ਬਿਆਲੀ ਪਿੰਡ ਦੇ ਦਰਮਨ ਪੁੱਜੇ ਸੰਗਤ ਪ੍ਰਭਾਵ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਰੂਪ ਸਾਹਿਬ ਜੀ ਫਤਿਹ ਪ੍ਰਵਾਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਚਰਨਜੀਤ ਕੌਰ ਜੀ ਧਰਮ ਸਪਤਨੀ ਜਥੇਦਾਰ ਸੰਤਾ ਸਿੰਘ ਜੀ ਮੈਲਪੁਰੀ ਜੋ ਕੁਛ ਦਿਨ ਪਹਿਲਾਂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਰਹੇ ਸਨ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਪਰਿਵਾਰ ਦੇ ਨਾਲ ਤੁਹਾਨੂੰ ਸਾਂਝਾ ਕਰਦੇ ਲਈ ਅੱਜ ਆਪਾਂ ਸਾਰੇ ਇਕੱਠੇ ਹੋਏ ਮੇਰੇ ਤੋਂ ਪਹਿਲਾਂ ਸਾਰੇ ਹੀ ਬਹੁਤ ਸਤਿਕਾਰਯੋਗ ਸਨਮਾਨਯੋਗ ਸੂਝਵਾਨ ਬੁਲਾਰਿਆਂ ਨੇ ਬੜੇ ਵਿਸਥਾਰ ਦੇ ਨਾਲ ਜਨਮ ਅਤੇ ਮੌਤ ਦੇ ਵਿਸ਼ੇ 'ਤੇ ਚਾਨਣਾ ਪਾਇਆ ਬੀਬੀ ਜੀ ਦੇ ਜੀਵਨ ਦੇ ਬਾਰੇ ਜਿੱਥੇ ਸੰਤਾ ਸਿੰਘ ਮਹਿਤਪੁਰੀ ਜੀ ਦੀਆਂ ਸੇਵਾਵਾਂ ਦੇ ਬਾਰੇ ਪਾਰਟੀ ਮੰਤਰੀ ਜੋ ਦਵਾਈਆਂ ਉਹਨਾਂ ਨੇ ਜ਼ਿਕਰ ਕੀਤਾ ਗਿਆ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਸਿਰਫ ਦੋ ਮਿੰਟ ਦੇ ਵਿੱਚ ਹੀ ਆਪਣੀ ਬੇਨਤੀ ਸਮਾਪਤ ਕਰਦੀ ਹਾਂ ਮੈਨੂੰ ਪਰਿਵਾਰ ਵੱਲੋਂ ਹੁਕਮ ਹੋਇਆ ਸੰਗਤ ਦਾ ਧੰਨਵਾਦ ਕਰਦਾ ਕਿਉਂਕਿ ਜਿੱਥੇ ਸੰਤਾ ਸਿੰਘ ਮਹਿਤਪੁਰੀ ਜੀ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਆ ਪਿਛਲੇ ਤਕਰੀਬਨ 25 ਸਾਲਾਂ ਤੋਂ ਸਾਨੂੰ ਇਕੱਠਿਆਂ ਕੰਮ ਕਰਨ ਦਾ ਮੌਕਾ ਮਿਲਿਆ ਸੋ ਕਿਸੇ ਵੀ ਪਰਿਵਾਰ ਦੀ ਤਰੱਕੀ ਦੇ ਵਿੱਚ ਕਿਸੇ ਵੀ ਇਨਸਾਨ ਦੀ ਕਾਮਯਾਬੀ ਦੇ ਵਿੱਚ ਔਰਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਚਾਹੇ ਉਹ ਯੋਗਦਾਨ ਪਤਨੀ ਦੇ ਰੂਪ ਵਿੱਚ ਹੋਵੇ ਮਾਂ ਦੇ ਰੂਪ ਵਿੱਚ ਹੋਵੇ ਦਾਦੀ ਦੇ ਰੂਪ ਵਿੱਚ ਹੋਵੇ ਜਿੱਥੋਂ ਤੱਕ ਸਾਡੇ ਸਤਿਕਾਰਯੋਗ ਬੀਬੀ ਚਰਨਜੀਤ ਕੌਰ ਜੀ ਜੇਕਰ ਅਸੀਂ ਉਹਨਾਂ ਦੇ ਜੀਵਨ 'ਤੇ ਯਾਦ ਮਾਰੀਏ ਉਹਨਾਂ ਨੇ ਆਪਣੇ ਜੀਵਨ ਦੌਰਾਨ ਜਿੱਥੇ ਬਤੌਰ ਅਧਿਆਪਕ ਟੀਚਰ ਦੇ ਤੌਰ 'ਤੇ ਸਿੱਖਿਆ ਦਾ ਦਾਨ ਦਿੱਤਾ ਬੜੀ ਜ਼ਿੰਮੇਵਾਰੀ ਦੇ ਨਾਲ ਉਹਨਾਂ ਨੇ ਆਪਣੀ ਇਸ ਡਿਊਟੀ ਨੂੰ ਨਿਭਾਇਆ ਉੱਥੇ ਆਪਣੇ ਸਪੁੱਤਰ ਜਸਕਰਨ ਸਿੰਘ ਨੂੰ ਚੰਗੀ ਸੇਧ ਦੇ ਕੇ ਚੰਗੇ ਸੰਸਕਾਰ ਦੇ ਕੇ ਸਮਾਜ ਨੂੰ ਚੰਗੇ ਇਨਸਾਨ ਬਣਾਇਆ ਉਹਦੇ ਨਾਲ ਹੀ ਜਿੱਦਾਂ ਸੰਤਾ ਸਿੰਘ ਜੀ ਮਹਿਤਪੁਰੀ ਜੀ ਅੱਜ ਪੰਥ ਦੇ ਵਿੱਚ ਅੱਜ ਵੱਡੇ ਕਰਦੇ ਆਗੂ ਨੇ ਤਾਂ ਮੈਂ ਸਮਝਦਾ ਕਿ ਉਹਦਾ ਸਿਰਾ ਵੀ ਸਾਡੇ ਸਤਿਕਾਰ ਜੋ ਬੀਬੀ ਨੂੰ ਜਾਂਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਜਿੱਦਾਂ ਸੰਤਾ ਸਿੰਘ ਜੀ ਮਹਿਤਪੁਰੀ ਪਾਰਟੀ ਪ੍ਰਤੀ ਆਪਣੀਆਂ ਸੇਵਾਵਾਂ ਨੂੰ ਨਿਭਾ ਰਹੇ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਾਹੇ ਕੋਈ ਮੋਰਚਾ ਲਾਇਆ ਗਿਆ ਚਾਹੇ ਗ੍ਰਿਫਤਾਰੀਆਂ ਦਿੱਤੀਆਂ ਗਈਆਂ ਚਾਹੇ ਧਰਨੇ ਦਿੱਤੇ ਗਏ ਹਰੇਕ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਵਿੱਚ ਜਥੇ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਕਿਹੋ ਜਿਹਾ ਹੋਣਾ ਚਾਹੀਦਾ ਇੱਕ ਪੰਥਕ ਆਗੂ ਦੇ ਵਿੱਚ ਕਿਹੋ ਜਿਹੇ ਗੁਣ ਹੋਣੇ ਚਾਹੀਦੇ ਨੇ ਮੈਂ ਸਮਝਦਾ ਕਿ ਉਹ ਸਾਰੇ ਜਿਹੜਾ ਸੰਤਾ ਸਿੰਘ ਜੀ ਦੇ ਵਿੱਚ ਮੌਜੂਦ ਨੇ ਸੋ ਬੀਬੀ ਜੀ ਪਿਛਲੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ ਬੜੀ ਕੋਸ਼ਿਸ਼ ਕੀਤੀ ਗਈ ਪਰਿਵਾਰ ਵੱਲੋਂ ਇਲਾਜ ਕਰਵਾਉਣ ਦੀ ਲੇਕਿਨ ਇਲਾਜ ਵਧੀਆ ਹੁੰਦਾ ਗੱਡੀ ਦਾ ਇਲਾਜ ਨਹੀਂ ਸੋ ਉਹਨਾਂ ਦੇ ਅਚਾਨਕ ਚਲੇ ਜਾਣ ਦਾ ਵੀ ਘਾਟਾ ਹੈ ਉਹ ਪਰਿਵਾਰ ਲਈ ਸ਼੍ਰੋਮਣੀ ਅਕਾਲੀ ਦਲ ਲਈ ਸਮਾਜ ਲਈ ਸਾਡੇ ਸਾਰਿਆਂ ਲਈ ਬਹੁਤ ਵੱਡਾ ਘਾਟਾ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਲੇਕਿਨ ਪਰਮਾਤਮਾ ਦੇ ਹੁਕਮ ਦੇ ਅੱਗੇ ਚਾਰਾ ਕੋਈ ਨਹੀਂ ਆਪਣਾ ਯੋਗ ਕੋਈ ਨਹੀਂ ਪਾਣਾ ਮੰਨਣ ਤੋਂ ਬਿਨਾਂ ਆਪਾਂ ਕਰ ਕੁਛ ਨਹੀਂ ਸਕਦੇ ਸੋ ਮੈਂ ਦੁੱਖ ਦੀ ਘੜੀ ਦੇ ਵਿੱਚ ਸਮੁੱਚੇ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੋਇਆ ਉਸ ਵਿਛੜੀ ਹੋਈ ਨੇ ਗੁਰੂ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਨਾਲ ਭੇਟ ਕਰਦਾ ਹਾਂ ਅਰਦਾਸ ਕੀਤੀ ਆਪਾਂ ਰਲ ਕੇ ਸਾਰਿਆਂ ਨੇ ਵਾਹਿਗੁਰੂ ਪਰਮਾਤਮਾ ਉਸ ਵਿਛੜੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਬੁਲਾਰੇ ਸਾਡੇ ਸਿਰਮੌਰ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਉਹਨਾਂ ਨੇ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਮਾਤਾ ਜੀ ਨੂੰ ਸ਼ਰਧਾ ਦੇ ਪੁੱਤ ਭੇਟ ਕੀਤੇ ਆ ਹੋਰ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਵੱਖ ਵੱਖ ਪਾਰਟੀਆਂ ਦੇ ਸੀਨੀਅਰ ਆਗੂ ਸਾਹਿਬਾਨ ਹੋਰ ਸਾਰੇ ਹੀ ਜਥੇਦਾਰ ਸਾਹਿਬਾਨ ਪਰਿਵਾਰ ਦੇ ਰਿਸ਼ਤੇਦਾਰ ਸਾਹਿਬ ਸੰਬੰਧੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਸੰਗਤਾਂ ਪਹੁੰਚੀਆਂ ਅਤੇ ਤੁਸੀਂ ਸਾਰਿਆਂ ਨੇ ਪਹੁੰਚ ਕੇ ਪਰਿਵਾਰ ਦਾ ਦੁੱਖ ਘਟਾਉਣ ਦਾ ਯਤਨ ਕੀਤਾ ਸੋ ਆਈਆਂ ਸਾਰੀਆਂ ਸੰਗਤਾਂ ਦਾ ਜਥੇ ਸੰਤਾ ਸਿੰਘ ਜੀ ਮਹਿਤਪੁਰੀ ਜੀ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਅਤੇ ਸਾਰੀ ਸੰਗਤ ਦੇ ਚਰਨਾਂ ਨੂੰ ਬੇਨਤੀ ਹੈ ਕਿ ਗੁਰੂ ਕੀ ਦੇਖ ਲੈਣ ਤੋਂ ਉਪਰੰਤ ਸਾਰਿਆਂ ਨੇ ਚਾਹ ਦਾ ਲੰਗਰ ਅਤੇ ਜਿਨ੍ਹਾਂ ਨੇ ਗੁਰੂ ਦਾ ਲੰਗਰ ਵੀ ਛੱਕਿਆ ਛੱਕ ਕੇ ਜਾਣ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖ ਲੈ ਕੇ ਆਪਣਾ ਪ੍ਰਸ਼ਾਦ ਲੈ ਕੇ ਜਾਣਾ ਜਿਸ ਦਾ ਦਰਬਾਰ ਮੇਰੇ ਵੀਰ ਗੁਰਮੀਤ ਸਿੰਘ ਧੌਲਾ, ਜਸਵਿੰਦਰ ਸਿੰਘ ਬਾਜਵਾ ਜੀ ਅਤੇ ਕਰਮਜੀਤ ਸਿੰਘ ਭੈਰੋ ਉਹਨਾਂ ਨੇ ਜਿਹਨਾਂ ਨੇ ਸਾਥ ਦਿੱਤਾ, ਮੇਰਾ ਬੜਾ ਧੰਨਵਾਦ ਮੇਰੇ ਸਾਥੀਆਂ ਦਾ, ਤੁਹਾਡਾ ਸਾਰਿਆਂ ਦਾ ਧੰਨਵਾਦ। ਬੇਟੀ ਪੋਤੀ ਹੈ ਜਸਦਾਰ ਜੀ ਗੁਰਨੂਰ ਕੌਰ ਅਤੇ ਬੇਟਾ ਵਿਜੇ ਕਰਨ ਸਿੰਘ ਦਾ ਸਾਰਿਆਂ ਨੂੰ ਅਸੀਸ ਦੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਜਾਣਾ ਜੀ ਸਾਨੂੰ। ਦੇਖ ਵਰਤੀ ਹੈ ਪ੍ਰਧਾਨ ਸਾਹਿਬ ਵੱਲੋਂ ਬੇਨਤੀ ਆ ਵੀ ਸਾਰੀ ਸੰਗਤ ਨੇ ਕੜਾਹ ਪ੍ਰਸ਼ਾਦ ਦੀ ਦੇਖ ਲੈ ਕੇ ਜਾਣਾ, ਸਾਰਿਆਂ ਦਾ ਧੰਨਵਾਦ। ਸੋ ਤੁਹਾਡੇ ਸਾਹਮਣੇ ਇੱਥੇ ਸ਼ਾਮ ਹੋਣ ਵਾਸਤੇ ਪ੍ਰਸ਼ਾਦਾ ਸਿੰਘ ਤੋਂ ਬਿਨਾਂ, ਖਾਸ ਤੌਰ 'ਤੇ ਸਾਡੇ ਪੱਤਰਕਾਰ ਵੀਰ ਸਰਦਾਰ ਕਸ਼ਮੀਰਾ ਸਿੰਘ ਮੰਗਲੀ, ਸਰ ਰਣਧੀਰ ਸਿੰਘ ਧੀਰਾ ਜੀ, ਇੱਥੋਂ ਦੇ ਸਰਦਾਰ ਅਮਰਜੀਤ ਸਿੰਘ ਮੰਗਲੀ ਸਾਹਿਬ ਅਤੇ ਹੋਰ ਸਾਰੀ ਟੀਮ ਜਿੰਨੇ ਸਾਡਾ ਪੱਤਰਕਾਰ ਭਾਈਚਾਰਾ ਇੱਥੇ ਹਾਜ਼ਰ ਹੈ ਉਹਨਾਂ ਸਾਰਿਆਂ ਦਾ, ਜਿਹੜੇ ਉਸੇ ਦਿਨ ਤੋਂ ਜਸਵਿੰਦਰ ਜੀ ਦੇ ਨਾਲ ਜੁੜੇ ਰਹੇ ਨੇ, ਬੁੱਲਾਪੁਰੀ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਉਹਨਾਂ ਉਹਨਾਂ ਚੁੱਕਾਂ ਦੀ ਕਿਵਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ, ਇੱਥੋਂ ਦੀ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਹੈ ਜੋ, ਸਾਰਿਆਂ ਦਾ ਬਹੁਤ ਧੰਨਵਾਦ, ਸਾਰਿਆਂ ਵੱਲੋਂ ਸੰਸਥਾ ਦਾ ਧੰਨਵਾਦ, ਹੋਈਆਂ ਕੁਰਬਾਨੀਆਂ ਦਾ ਕਿਵਾਂ ਬਖਸ਼ਿਸ਼ ਕਰਦੇ ਸਾਰਿਆਂ ਨੂੰ ਫਤਿਹ ਵਾਹਿਗੁਰੂ ਜੀ।